ਆ ਦਿਨ ਨਹੀਂ ਨਾ ਰਹੇ ਸਾਡੇ ਤੇ, ਉਹ ਦਿਨ ਵੀ ਨਹੀਂ ਰਹਿੰਦੇ। ਤੁਸੀਂ ਗੱਲ ਬੱਚਿਆਂ ਦੇ ਸੈੱਟ ਹੋਣ ਦੀ ਕੀਤੀ ਆ, ਉਹਨਾਂ ਦੇ ਦੱਸਣ ਮੁਤਾਬਕ ਤਾਂ ਬੱਚੇ ਸੈੱਟ ਨੇ ਕਿ ਕੁੜੀ, ਉਹਨਾਂ ਦੇ ਵੱਡੇ ਪ੍ਰੋਫੈਸਰ ਆ, ਵੱਡੇ ਬੇਟਾ ਵੀ ਪ੍ਰੋਫੈਸਰ ਆ ਉਹਨਾਂ ਦਾ, ਉਹਨਾਂ ਦੇ ਦੱਸਣ ਮੁਤਾਬਕ। ਉਹਨੂੰ ਤੁਸੀਂ ਐਂ ਪੁੱਛੋ ਕਿਹੜੇ ਕਾਲਜ ਦੇ ਪ੍ਰੋਫੈਸਰ ਨੇ ਬੱਚੇ। ਤੁਰ ਜਾਂਦੀਆਂ ਬਾਹਰ ਸੋਹਣਿਆ, ਝਿੜਕਾ ਨਾ ਤੂੰ ਮਾਰ ਸੋਹਣਿਆ, ਤੁਰ ਜਾਂਦੀਆਂ ਬਾਹਰ ਸੋਹਣਿਆ, ਵੱਡਿਆਂ ਦੀ ਤਾਂ ਯਾਰੀ ਹੁੰਦੀ ਕੱਚੀਆਂ ਤਾਰਾਂ ਦੀ, ਕੌਣ ਗਰੀਬਾਂ ਦੇ ਨਾਲ ਰੱਖਦੇ ਸਾਂਝ ਪਿਆਰਾਂ ਦੀ, ਕੌਣ ਗਰੀਬਾਂ ਦੇ ਨਾਲ ਰੱਖਦੇ ਸਾਂਝ ਪਿਆਰਾਂ ਦੀ। ਜਦੋਂ ਪ੍ਰੋਪਰਟੀ ਦੀ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਕਿ ਮੈਂ 88 ਤੋਂ ਲੈ ਕੇ 2000 ਤੱਕ ਲਗਭਗ 7 ਕਰੋੜ ਦੇ ਏੜ ਗੇੜ ਜਿਹੜੀ ਪ੍ਰੋਪਰਟੀ ਬਣਾਈ ਸੀ। ਨਹੀਂ, 7 ਕਰੋੜ ਇੱਕ ਮਿੰਟ ਜੀ, ਜਦੋਂ ਆਪਾਂ ਅੱਜ ਉਹਨਾਂ ਦੇ ਹਾਲਾਤ ਦੇਖਦੇ ਹਾਂ, ਤੁਹਾਡੇ ਹਾਲਾਤ ਦੇਖਦੇ ਹਾਂ, ਨਾ ਤਾਂ ਉਹ ਪ੍ਰੋਪਰਟੀ ਤੁਹਾਡੇ ਕੋਲ ਦਿੰਦੀ ਆ, ਨਾ ਉਹਨਾਂ ਕੋਲ ਦਿੰਦੀ ਆ, ਫਿਰ ਗਈ ਕਿੱਧਰ, ਅੱਧ ਵਿਚਾਲੇ ਕਿੱਧਰ ਰਹਿ ਗਈ? ਉਦੋਂ ਜੇ ਮੈਂ ਇਹਦੇ ਫੈਂਟਾ ਚਾੜ ਦਿੰਦੀ, ਇਹ ਅੱਜ ਮੈਨੂੰ ਮਾੜੀ ਨਹੀਂ ਸੀ ਕਹਿੰਦਾ। ਇੱਕ ਕੰਮ ਹੁੰਦਾ ਕੋਈ ਜ਼ਮੀਰ ਮਾਰ ਕੇ ਕੀਤਾ ਜਾਂਦਾ, ਕੋਈ ਜ਼ਮੀਰ ਨਾਲ ਕੀਤਾ ਜਾਂਦਾ, ਹੈ ਨਾ? ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਗਲਤ ਇਫੈਕਟ ਕਰਦੇ ਨੇ ਉਹ ਗੀਤ? ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜੋ ਸੁਣਦੇ ਹੋ ਤਾਂ ਕਿਤੇ ਮਨ ਦੇ ਵਿੱਚ ਉਦਾਸੀ ਆਉਂਦੀ ਆ ਕਿ ਸ਼ਾਇਦ ਇਹ ਕੰਮ ਨਾ ਕਰਦੇ, ਗੀਤ ਨਾ ਗਾਉਂਦੇ। ਪਰ ਤੂੰ ਆਪਦਾ ਬੁਢੇਪੇ ਨੂੰ ਸੋਚ ਲੈ ਵੀ ਤੇਰੇ ਨਾਲ ਹਾਲ ਕੀ ਹੋਊਗਾ, ਜਿਹੜਾ ਤੂੰ ਮਾਰਦਾ ਫਿਰ ਨਾ ਫੜਾ ਹੁਣ, ਕਿ ਤੇਰੇ 'ਚ ਹੁਣ ਜਾਨ ਆ ਗਈ ਹਾਲੇ। ਉਦੋਂ ਕਦੇ ਫਿਰ ਇਹ ਮੈਂ ਦਿਮਾਗ 'ਚ ਨਹੀਂ ਆਇਆ ਸੋਚਿਆ ਕਿ ਜਦੋਂ ਉਸ ਉਮਰ ਦੇ ਵਿੱਚ ਆਪਣੇ ਬੱਚਿਆਂ ਨਾਲ ਬੈਠ ਕੇ ਪਰਿਵਾਰ ਦੇ ਵਿੱਚ ਇਹ ਗੀਤ ਸੁਣ ਸਕਦੇ ਹਾਂ ਆਪਾਂ। ਅੱਜ ਵੀ ਉਹ ਗਾ ਰਹੀ ਉਹਦੇ ਨਾਲ, ਉਹਨੂੰ ਲੈ ਕੇ ਉਹ ਅੰਮ੍ਰਿਤਸਰ ਭੱਜਿਆ ਸੀਗਾ, ਝੂਠ ਮਾਰਦਾ ਹੈ, ਗੱਪ ਮਾਰਦਾ ਸਰੋਤੇ ਸਾਹਮਣੇ, ਪੱਖੇ ਨਾਲ ਉਹ ਲਮਕ ਜਾਂਦਾ ਸੀਗਾ ਜੀ। ਫਿਰ ਸਾਰੇ ਬੱਚੇ, ਮੇਰੇ ਸਾਰੇ ਬੱਚੇ ਨਿੱਕੇ ਨਿੱਕੇ ਹੁੰਦੇ ਸੀ ਉਦੋਂ, ਚੀਕਾਂ ਮਾਰਦੇ, ਰੌਲਾ ਪਾਉਂਦੇ, ਕੋਈ ਰਿਸ਼ਤੇਦਾਰ ਵੀ ਆਇਆ ਹੁੰਦਾ ਸੀ ਉਦੋਂ ਵੀ ਰੌਲਾ ਪੈਂਦਾ ਸਾਡੇ ਘਰੇ, ਅਤੇ ਅਸੀਂ ਕਹਿੰਦੇ ਵੀ ਤੂੰ ਐਂ ਨਾ ਮਰਨਾ, ਜਿਹੜਾ ਕੁਛ ਲੈਣਾ ਲੈ ਲਾ, ਪਰ ਰੌਲਾ ਨਾ ਪਾ, ਤੂੰ ਇਹ ਕੰਮ ਨਹੀਂ ਕਰ। ਅੱਜ ਇਹ ਗੱਪ ਮਾਰਦਾ, ਮੇਰੀ ਮਾਂ ਦੇ ਭੋਗ 'ਤੇ ਨਹੀਂ ਆਈ, ਮੇਰੀ ਮਾਂ ਦੇ ਮਰੇ 'ਤੇ ਨਹੀਂ ਆਈ, ਸਾਰੀ ਰਾਤ ਅਸੀਂ ਉੱਥੇ ਰਹੇ ਹਾਂ। ਅਰਸ਼ਾਂ 'ਤੇ ਪਹੁੰਚੇ, ਅਰਸ਼ਾਂ ਤੋਂ ਬਾਅਦ ਫਿਰ ਫਰਸ਼ਾਂ 'ਤੇ ਆਏ, ਕਿੱਥੇ ਕਮੀ ਕਿੱਥੇ ਮੰਨਦੇ ਹੋ, ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਸ ਚੀਜ਼ ਦਾ? RMB ਟੈਲੀਵਿਜ਼ਨ ਦੇ ਤਮਾਮ ਦਰਸ਼ਕਾਂ ਦਾ ਮੈਂ ਜਸ ਗਰੇਵਾਲ ਸਵਾਗਤ ਕਰਦਾ ਹਾਂ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਅੱਜ ਸਾਡੀ ਜਿਹੜੀ ਮੁਲਾਕਾਤ ਆ ਉਸ ਕਲਾਕਾਰ ਦੇ ਨਾਲ ਆ ਜਿਸ ਦੀ ਆਵਾਜ਼ ਨੇ ਜਿਹੜਾ ਆ 88 ਤੋਂ ਲੈ ਕੇ 2000 ਤੱਕ ਸਰੋਤਿਆਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ। 1988 ਦੇ ਵਿੱਚ ਚਮਕੀਲਾ ਸਾਹਿਬ ਦੀ ਡੈਥ ਤੋਂ ਬਾਅਦ ਜਿਹੜਾ ਇਹਨਾਂ ਦੀ ਜੋੜੀ ਨੂੰ ਚਮਕੀਲਾ ਸਾਹਿਬ ਦੀ ਜਗ੍ਹਾ 'ਤੇ ਦੇਖਿਆ ਜਾਣ ਲੱਗਾ। ਮੈਂ ਗੱਲ ਕਰ ਰਿਹਾ ਅਵਤਾਰ ਚਮਕ ਅਤੇ ਬੀਬਾ ਅਮਨਜੋਤ ਕੌਰ ਜੀ ਦੀ। ਪਰ ਪਿਛਲੇ ਦਿਨੀ ਜਿਹੜਾ ਆ ਇਹਨਾਂ ਦੇ ਨਿੱਜੀ ਪੱਖ, ਹੈਰਾਨ ਕਰਨ ਵਾਲੇ ਨਿੱਜੀ ਪੱਖ ਜਿਹੜੇ ਆ ਸਾਹਮਣੇ ਆਏ ਨੇ, ਕਿਉਂਕਿ 10-12 ਸਾਲ ਤੁੰਨ ਕੇ ਗਾਉਣ ਤੋਂ ਬਾਅਦ ਅੱਜ ਉਸ ਕਲਾਕਾਰ ਦੇ ਹਾਲਾਤ ਜਿਹੜੇ ਆ ਕੁਛ ਠੀਕ ਨਹੀਂ, ਆਰਥਿਕ ਤੌਰ 'ਤੇ ਵੀ ਜਿਹੜਾ ਆ ਤੰਗੀ ਦਾ ਸਾਹਮਣਾ ਕਰ ਰਹੇ ਨੇ। ਇੱਥੋਂ ਤੱਕ ਪਹੁੰਚ ਕਿਵੇਂ ਹੋਈ? ਇੰਨੀ ਤੂਤੀ ਬੋਲਦੀ ਹੁੰਦੀ ਸੀ ਪਰ ਅੱਜ ਇਹ ਹਾਲਾਤ
ਕਿਵੇਂ ਬਣੇ, ਇਹ ਸਭ ਜਾਣਨ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ। ਸੋ ਆਪਾਂ ਗੱਲਬਾਤ ਕਰਾਂਗੇ ਅਮਨਜੋਤ ਕੌਰ ਜੀ ਦੇ ਨਾਲ। ਸਭ ਤੋਂ ਪਹਿਲਾਂ ਅਮਨਜੋਤ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। RMB TV ਵਾਲਿਆਂ ਦਾ ਮੈਂ ਸਵਾਗਤ ਕਰਦੀ ਹਾਂ, ਧੰਨਵਾਦ ਕਰਦੀ ਹਾਂ ਜੀ। ਪਿਛਲੇ ਦਿਨੀ ਤੁਹਾਡੇ ਨਿੱਜੀ ਪੱਖ ਜਿਹੜੇ ਆ ਸਾਹਮਣੇ ਆਏ ਆ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤੀ ਦੌਰ ਵੱਲ ਚੱਲਦੇ ਹਾਂ ਕਿ ਤੁਹਾਡਾ ਮੇਲ ਮਿਲਾਪ ਕਿੱਦਾਂ ਹੁੰਦਾ ਆ ਅਵਤਾਰ ਚਮਕ ਹੋਰਾਂ ਦੇ ਨਾਲ, ਕਦੋਂ ਮੇਲ ਹੁੰਦਾ ਆ? ਨਹੀਂ, ਮੇਰਾ ਕੋਈ ਮੇਲ ਨਹੀਂ ਇਹਦੇ ਨਾਲ ਹੋਇਆ ਜੀ। ਜੀ, ਉਹ ਤਾਂ ਜਿਵੇਂ ਵਿਚੋਲਾ ਮਿਲ ਕੇ ਜਿਵੇਂ ਕਿ ਮੈਰਿਜ ਹੁੰਦੀ ਆ, ਮੈਰਿਜ ਹੁੰਦੀ ਆ ਸਨ 84 ਦੀ ਗੱਲ ਹੈ, ਮੈਰਿਜ ਹੋਈ ਹੈ ਸਾਡੀ ਜੀ। ਜੀ ਜੀ, ਕੋਈ ਲਵ ਮੈਰਿਜ ਨਹੀਂ ਹੋਈ ਜੀ। ਜੀ, ਠੀਕ ਹੈ ਜੀ। ਉਦੋਂ ਮੈਂ ਬਹੁਤ ਛੋਟੀ ਉਮਰ ਦੀ ਸੀਗੀ ਜੀ। ਜੀ, ਚਲੋ ਜਿਵੇਂ ਕਿ ਆਪਣੇ ਮਾਂ ਪਿਓ ਕਰਦੇ ਆਪਾਂ ਜੀ ਜੀ, ਮਾਂ ਪਿਓ ਦੇ ਕਹਿਣਾ ਮੰਨਣਾ ਜੀ। ਜੀ, ਮੇਰਾ ਡੈਡੀ ਹੈ ਹੀ ਨਹੀਂ ਸੀਗਾ ਜੀ। ਜੀ, ਅਤੇ ਮੇਰੀ ਮੰਮੀ ਨੇ ਮੈਰਿਜ ਕੀਤੀ ਹੈ ਸਾਡੀ, ਛੋਟੀ ਉਮਰ ਦੀ ਸੀ ਮੈਂ ਬਹੁਤ ਜ਼ਿਆਦਾ ਜੀ। ਜੀ ਜੀ, ਅਤੇ ਮੇਰੀ ਵੱਡੀ ਸਿਸਟਰ ਆ ਜਿਹੜੇ ਉਹਨਾਂ ਦੀ ਮੈਰਿਜ ਰੱਖੀ ਸੀ ਰੱਖੀ ਜੀ। ਅਤੇ ਬਾਕੀ ਦਾ ਜਦੋਂ ਅਵਤਾਰ ਨਾਲ ਮੇਲ ਹੋਇਆ ਵੱਡਿਆਂ ਦਾ ਜੀ ਜੀ, ਨਾਲ ਮੈਰਿਜ ਕਰਤੀ ਸੀ ਮੇਰੀ ਜੀ। ਜੀ, ਅਤੇ ਮੈਨੂੰ ਇੰਨੀ ਉਹ ਨਹੀਂ ਸੀ, ਸੂਝ ਨਹੀਂ ਸੀ। ਤੁਹਾਨੂੰ ਪਤਾ ਕਿੰਨੇ ਸਾਲਾਂ ਦੇ ਵਿੱਚ ਬੱਚਿਆਂ ਦੀ ਸੂਝ ਨਹੀਂ ਹੁੰਦੀ, ਅੱਜ ਕੱਲ੍ਹ ਤਾਂ ਬੱਚੇ ਜਾਣਦੇ ਬਿਲਕੁਲ ਜੀ, ਹਨਾ ਬਿਲਕੁਲ। ਅਤੇ ਉਦੋਂ ਨਹੀਂ ਸੀਗੀ ਜੀ। ਜੀ, ਚਲੋ ਆਪਣੇ ਮਾਂ ਪਿਓ ਦੀ ਇੱਜ਼ਤ ਰੱਖਣ ਵਾਸਤੇ ਮੈਂ ਜੀ ਜੀ, ਜਿਵੇਂ ਕਿ ਮੇਰੇ ਮਾਂ ਪਿਓ ਕਹਿ ਰਹੇ ਸੀਗੇ ਉੱਦਾਂ ਹੋ ਰਹੇ ਸੀਗਾ। ਅਤੇ ਚਲੋ ਮੈਰਿਜ ਹੋ ਗਈ ਆਪਣੀ ਜੀ। ਜੀ, ਰਜਿਸਟਰਮੈਂਟ ਅਸੀਂ ਵਧੀਆ ਬਿਲਕੁਲ ਜੀ। ਪਿਛਲੇ ਦਿਨੀ ਜਿਹੜਾ ਤੁਹਾਡੇ ਨਿੱਜੀ ਪੱਖ ਜਿਹੜੇ ਸਾਹਮਣੇ ਆਉਂਦੇ ਆ, ਮੁਲਾਕਾਤਾਂ ਹੁੰਦੀਆਂ ਨੇ, ਤੁਹਾਡੇ ਵੱਲੋਂ ਵੀ ਇਲਜ਼ਾਮਾਤ ਲਗਾਏ ਜਾਂਦੇ ਨੇ, ਉਹਨਾਂ ਵੱਲੋਂ ਵੀ ਇਲਜ਼ਾਮਾਤ ਲਗਾਏ ਜਾਂਦੇ ਨੇ, ਹੈ ਨਾ ਜੀ। ਸੋ ਨਹੀਂ, ਤੁਸੀਂ ਇਲਜ਼ਾਮ 'ਤੇ ਨਾ ਜਾਓ ਜੀ। ਜੀ, ਪਹਿਲਾਂ ਸਾਡੀ ਗਰੀਬੀ 'ਤੇ ਜਾਓ ਜੀ। ਜੀ ਬਿਲਕੁਲ ਜੀ, ਜਦੋਂ ਅਵਤਾਰ ਕੋਲ ਕੁਛ ਵੀ ਨਹੀਂ ਸੀ ਜੀ, ਜੀ ਨਾ ਕੋਈ ਜਾਇਦਾਦ ਸੀ, ਨਾ ਇਹਦਾ ਕੋਈ ਨਾਂ ਸੀ, ਨਾ ਇਹ ਕਲਾਕਾਰ ਸੀ, ਨਾ ਮੈਂ ਵੀ ਕਲਾਕਾਰ ਸੀ ਜੀ। ਜੀ, ਠੀਕ ਆ। ਉਦੋਂ ਮੈਂ ਇਹਦੇ ਨਾਲ ਗਰੀਬੀ ਕੱਟੀ ਕੱਟੀ। ਮੇਰਾ ਵੱਡੇ ਬੇਟੇ ਨੇ ਕੁਲਦੀਪ ਚਮਕ ਨੇ ਜੀ। ਜੀ, ਅਤੇ ਮੇਰੇ ਹੁਸਨਦੀਪ ਨੇ ਜੀ। ਜੀ, ਇਹਦੇ ਨਾਲ ਗਰੀਬੀ ਕੱਟੀ। ਇਹ ਛੋਟੇ ਸੀ, ਉਹ ਨਿੱਕੇ ਨਿੱਕੇ ਸੀ ਉਦੋਂ ਜੀ। ਜੀ, ਅਤੇ ਉਹ ਤੋਂ ਬਾਅਦ ਚਲੋ ਹੌਲੀ ਹੌਲੀ ਚੱਲਦੇ ਚੱਲਦੇ ਜਿਵੇਂ ਕਿ ਕਹਿੰਦੇ ਚਲੋ ਚਾਲ ਚੱਲੀ ਜਾਈਓ, ਹੈ ਨਾ। ਅਤੇ ਇੱਦਾਂ ਮਤਲਬ ਕਿ ਫਿਰ ਉਸ ਤੋਂ ਬਾਅਦ ਜਾ ਕੇ ਅਸੀਂ ਮਤਲਬ ਕਿ ਉਹ ਕੀਤਾ, ਸੰਘਰਸ਼ ਬਹੁਤ ਕੀਤਾ ਕੀਤਾ। ਜਦੋਂ ਮੇਰਾ 19 ਸਾਲਾਂ ਦਾ ਬੇਟਾ ਸੀਗਾ ਜੀ। ਜੀ, 19 ਮਹੀਨਿਆਂ ਦਾ, ਸੋਰੀ ਜੀ ਜੀ, ਵੱਡਾ ਬੇਟਾ ਮੇਰਾ 19 ਮਹੀਨਿਆਂ ਦਾ ਸੀ। ਉਦੋਂ ਅਸੀਂ ਲੁਧਿਆਣੇ ਗਏ, ਉਸਤਾਦ ਜੀ ਨੂੰ ਉਸਤਾਦ ਧਾਰਿਆ ਜੀ। ਜੀ, ਜਮਾਲਪੁਰ ਅਸੀਂ ਗਏ ਜੀ। ਜੀ, ਅਤੇ ਉੱਥੇ ਪੁੱਡਾ ਦੇ ਕੁਆਟਰਾਂ 'ਚ ਅਸੀਂ ਰਹੇ ਰਹੇ, ਉਸਤਾਦ ਜੀ ਦੇ ਕੋਠੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਸੀਗੇ ਜੀ। ਜੀ, ਠੀਕ ਹੈ ਜੀ। ਮੇਰਾ ਬੇਟਾ ਮੇਰੇ ਪੇਕਿਆਂ ਦੇ, ਮੇਰੀ ਮੰਮੀ ਸਾਂਭਦੀ ਸੀਗੀ, ਅਸੀਂ ਦੋਨੇ ਉੱਥੇ ਰਹਿੰਦੇ ਸੀਗੇ। ਉੱਥੇ ਜੋ ਵੀ ਦਲੀਆ ਕੀ ਕਣਕ ਕੀ ਆਟਾ ਕੀ ਮੇਰੀ ਮੰਮੀ ਉੱਥੇ ਪਹੁੰਚਾਉਂਦੀ ਰਹੀ ਹੈ ਸਾਨੂੰ, ਹੋਰ ਕਿਸੇ ਨੇ ਸਾਥ ਨਹੀਂ ਦਿੱਤਾ ਸਾਡਾ, ਸਿਰਫ ਮੇਰੀ ਮੰਮੀ ਨੇ ਸਾਥ ਦਿੱਤਾ। ਸੰਘਰਸ਼ ਕਰਦੇ ਰਹੇ, ਉਦੋਂ ਬਾਅਦ ਜਦੋਂ ਅਸੀਂ ਉੱਥੇ ਰਹਿੰਦੇ ਰਹੇ, 2-3 ਸਾਲ ਰਹੇ ਸੀਗੇ, ਉਸਤਾਦ ਜੀ ਨੇ ਸਾਨੂੰ ਫਰੀਦਕੋਟ ਭੇਜਤਾ ਪਬਲਿਕ ਰਿਲੇਸ਼ਨ ਮਹਿਕਮੇ ਦੇ ਵਿੱਚ ਜੀ। ਡੇਲੀ ਬੇਸ 'ਤੇ ਅਸੀਂ ਕੰਮ ਕਰਦੇ ਰਹੇ ਹਾਂ। 2 ਕੁ ਸਾਲ ਅਸੀਂ ਉੱਥੇ ਰਹੇ ਉਸਤਾਦ ਜੀ ਦੇ ਘਰ, ਉਦੋਂ ਬਾਅਦ ਸਾਨੂੰ ਬਠਿੰਡੇ ਭੇਜਤਾ ਜੀ ਜੀ। ਉਦੋਂ ਬਠਿੰਡੇ ਅਸੀਂ ਸੰਘਰਸ਼ ਬਹੁਤ ਕੀਤਾ ਹਾਂਜੀ ਜੀ, ਸੰਘਰਸ਼ ਕੀਤਾ। ਸੰਘਰਸ਼ ਤੋਂ ਬਾਅਦ ਫਿਰ ਪਰਮਾਤਮਾ ਨੇ ਜਿਹੜਾ ਤੁਹਾਡੀ ਮਿਹਨਤ ਨੂੰ ਫਲ ਵੀ ਲਾਇਆ ਹਾਂਜੀ। ਸੰਘਰਸ਼ ਦੇ ਸਮੇਂ ਤੋਂ ਨਾਲ ਚੱਲੇ ਹਾਂਜੀ, ਇੱਕ ਦੂਜੇ ਦਾ ਸਹਾਰਾ ਬਣੇ।
ਫਿਰ ਅਜਿਹਾ ਕੀ ਹੋਇਆ ਕਿ ਅੱਜ ਇਸ ਟਾਈਮ ਦੇ ਉੱਤੇ ਔਖੀ ਘੜੀ ਦੇ ਉੱਪਰ ਜਿਹੜਾ ਇੱਕ ਦੂਜੇ ਦਾ ਸਾਥ ਛੱਡਣਾ ਪਿਆ? ਨਹੀਂ, ਸਾਨੂੰ ਕੰਮ ਬਹੁਤ ਪੈਂਦਾ ਸੀਗਾ ਜੀ। ਠੀਕ ਆ ਜੀ। ਸਾਥ ਤਾਂ ਹੁਣ ਅਵਤਾਰ ਨੂੰ ਪਤਾ ਕਿਉਂ ਛੱਡਿਆ ਜੀ? ਜੀ, ਮੈਂ ਤਾਂ ਆਪਣੇ ਬੱਚਿਆਂ ਨਾਲ ਰਹਿੰਦੀ ਹਾਂ। ਬਿਲਕੁਲ ਜੀ। ਜੇ ਤਾਂ ਮੈਂ ਛੱਡ ਕੇ ਭੱਜੀ ਹੋਵਾਂ ਜਾਂ ਨਿਕਲ ਗਈ ਹੋਣਾ ਜੀ ਜੀ, ਜਾਂ ਕਿਤੇ ਹੋਰ ਵਿਆਹ ਕਰਾ ਲਿਆ ਹੋਵੇ, ਫਿਰ ਤਾਂ ਮਤਲਬ ਕਿ ਮੇਰੇ 'ਚ ਦੋਸ਼ ਆ, ਹੈ ਨਾ। ਅਤੇ ਅਵਤਾਰ 2004 ਦੇ ਵਿੱਚ ਸਾਨੂੰ ਛੱਡ ਕੇ, ਸੁੱਤੇ ਪੈ ਨੂੰ ਛੱਡ ਕੇ ਭੱਜਿਆ ਗਾ ਜੀ ਜੀ। ਅਤੇ ਉਹ ਜਿਹੜੀ ਬਾਹਮਣਾ ਵਾਲੇ ਇੱਕ ਪਿੰਡ ਹੈਗਾ ਰਤੀਏ ਕੋਲੇ ਜੀ, ਉੱਥੋਂ ਦੀ ਕੁੜੀ ਉਹ ਬਾਹਮਣਾ ਵਾਲੇ ਦੀ, ਹਰਜੋਤ ਆ ਉਹਦਾ ਨਾਂ, ਉਹਦੇ ਨਾਲ ਉਹ ਭੱਜ ਗਿਆ ਸੀ ਅੰਮ੍ਰਿਤਸਰ ਜੀ। ਠੀਕ ਆ। ਜਦੋਂ ਕਿਸੇ ਦਾ ਘਰ ਟੁੱਟਿਆ ਹੋਵੇ ਨਾ, ਉਹ ਬੰਦਾ ਬਹੁਤ ਹੱਥ ਪੈਰ ਮਾਰਦਾ। ਬਿਲਕੁਲ। ਹਾਂ, ਅੰਮ੍ਰਿਤਸਰ ਅਸੀਂ ਭਾਲਣ ਗਏ ਸੀ, ਅਤੇ ਮਤਲਬ ਕਿ ਮੇਰੇ ਤਾਂ ਦੌਰੇ ਪੈਂਦੇ ਸੀ ਉਸ ਟਾਈਮ, ਚੀਕਾਂ ਮਾਰਦੀ ਸੀ ਮੈਂ। ਜਿਹੜੀ ਤੁਸੀਂ ਘਰ ਛੱਡਣ ਦੀ ਗੱਲ ਕੀਤੀ ਆ, ਉਹਨਾਂ ਦਾ ਜਿਹੜਾ ਮੁਲਾਕਾਤ ਦੇ ਵਿੱਚ ਜਵਾਬ ਆਇਆ ਉਹ ਇਹ ਸੀ ਕਿ ਮੈਨੂੰ ਮੈਂਟਲੀ ਤੌਰ 'ਤੇ ਅਪਸੈਟ ਇੰਨਾ ਕਰਤਾ ਸੀ, ਫੈਮਿਲੀ ਡਿਸਪਿਊਟ ਦੇ ਤੌਰ 'ਤੇ। ਕਿਉਂ ਕਰਤਾ ਸੀ? ਮੈਂ ਕਿਉਂ ਕਰੂੰਗੀ ਜੀ, ਮੈਂ ਕਾਹਤੋਂ ਕਰੂੰਗੀ? ਜਾਂ ਦੱਸੇ ਵਜ੍ਹਾ, ਦੱਸੇ ਮੈਂਟਲੀ ਮੈਨੂੰ ਐਂ ਕਰਤਾ ਸੀਗਾ, ਕੋਈ ਵਜ੍ਹਾ ਤਾਂ ਹੀ ਨਹੀਂ ਗੀ। ਵਜ੍ਹਾ ਐਂ ਸੀਗੀ ਉਹ ਗਲਤ ਕੰਮ ਕਰਦਾ ਸੀ, ਆਪਾਂ ਕਰ ਨਹੀਂ ਦਿੰਦੇ, ਮੈਂਟਲੀ ਤਾਂ ਹੀ ਹੋ ਗਿਆ। ਹਾਂ, ਸ਼ੱਕ ਦੀ ਗੱਲ ਤੁਸੀਂ ਵੀ ਕਰੀ, ਸ਼ੱਕ ਦੀ ਗੱਲ ਉਹਨਾਂ ਨੇ ਕਰੀ? ਨਹੀਂ, ਸ਼ੱਕ ਨਹੀਂ ਜੀ, ਅਸਲੀਤ ਆ ਜੀ ਜੀ। ਸ਼ੱਕ ਤਾਂ ਊਂ ਹੁੰਦਾ ਬੰਦਾ। ਨਹੀਂ, ਜਿਹੜਾ ਮੀਡੀਆ ਦੇ ਵਿੱਚ ਦੱਸਣ ਦੀ ਗੱਲ ਮੈਂ ਕਰ ਰਿਹਾ, ਉਹਨਾਂ ਨੇ ਕਿਹਾ ਕਿ ਅਮਨਜੋਤ ਵੱਲੋਂ ਮੇਰੇ 'ਤੇ ਸ਼ੱਕ ਬੜਾ ਕੀਤਾ ਜਾਂਦਾ। ਨਹੀਂ ਨਹੀਂ, ਸ਼ੱਕ ਨਹੀਂ ਜੀ, ਉਹ ਤਾਂ ਅਸਲੀਅਤ ਸਾਹਮਣੇ ਆਈ ਪਈ ਆ। ਜੇ ਤਾਂ ਮੈਂ ਊਂ ਹੀ ਸ਼ੱਕ ਕਰੀ ਜਾਵਾਂ, ਸ਼ੱਕ ਕਰੀ ਜਾਵਾਂ, ਅਸਲੀਅਤ ਸਾਹਮਣੇ ਆ, ਸਾਰਾ ਕੁਛ ਸਾਹਮਣੇ ਆ। ਬਾਹਮਣ ਵਾਲੀ ਕੁੜੀ ਆ, ਹਰਜੋਤ ਆ ਗਈ, ਅੱਜ ਵੀ ਉਹ ਗਾ ਰਹੀ ਉਹਦੇ ਨਾਲ, ਉਹਨੂੰ ਲੈ ਕੇ ਉਹ ਅੰਮ੍ਰਿਤਸਰ ਭੱਜਿਆ ਸੀਗਾ, ਝੂਠ ਮਾਰਦਾ ਹੈ, ਗੱਪ ਮਾਰਦਾ ਸਰੋਤਿਆਂ ਸਾਹਮਣੇ। ਮੈਂ ਤਾਂ ਬਹੁਤ ਧੰਨਵਾਦ ਕਰਦੀ ਹਾਂ ਸਰੋਤਾਂ ਦਾ, ਪਿਆਰ ਕਰਦੀ ਹਾਂ ਬਹੁਤ ਜ਼ਿਆਦਾ, ਉਹ ਵੀ ਸਾਨੂੰ ਸਾਡੀ ਗਾਇਕੀ ਨੂੰ ਪਿਆਰ ਕਰਦੇ ਆ ਜੀ ਜੀ। ਠੀਕ ਆ ਨਾ ਜੀ ਜੀ। ਜੇ ਮੈਂ ਇੱਦਾਂ ਦੀ ਹੁੰਦੀ, ਸ਼ੱਕਾਂ ਕਰਨ ਵਾਲੀ ਜਾਂ ਕੁਛ ਵੀ ਕਰਨ ਵਾਲੀ, ਆਪਣੇ ਬੱਚੇ ਵੀ ਛੱਡ ਕੇ ਮੈਂ ਵੀ ਭੱਜ ਸਕਦੀ ਸੀ। ਐਸ਼ ਕਿਹਨੂੰ ਨਹੀਂ ਚਾਹੀਦੀ? ਚਾਹੀਦੀ। ਖੁਸ਼ੀਆਂ ਕਿਹਨੂੰ ਨਹੀਂ ਚਾਹੀਦੀਆਂ? ਪਰ ਨਹੀਂ, ਮੈਂ ਆਪਣੇ ਪਰਿਵਾਰ ਨੂੰ ਆਪਣੇ ਖੰਭਾਂ ਥੱਲੇ ਰੱਖਿਆ, ਆਪਣੇ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਤਿਲ ਫੁੱਲ, ਜਿਵੇਂ ਮੈਨੂੰ ਮੇਰੀ ਕਮਾਈ ਸੀ, ਜਿਵੇਂ ਮੈਂ ਉਹ ਕਰਿਆ, ਪੜ੍ਹਾਇਆ ਆਪਣੇ ਬੱਚਿਆਂ ਨੂੰ। ਪਰ ਜ਼ਿੰਮੇਵਾਰ ਬੰਦਾ ਉਹ ਭੱਜਿਆ ਜ਼ਿੰਮੇਵਾਰੀ ਤੋਂ, ਮੈਂ ਨਹੀਂ ਭੱਜੀ। ਮੈਂ ਆਪਣੇ ਬੱਚਿਆਂ ਨੂੰ ਪਿਆਰ ਕੀਤਾ, ਜੰਮੇ ਸੀ, ਪਾਲੇ ਸੀ। ਅਤੇ ਤੁਸੀਂ ਮੈਨੂੰ ਇਹ ਸਵਾਲ ਵੀ ਕਰੋ ਇਹ ਗੱਲ ਦਾ, ਵੀ ਇਹ ਤੁਸੀਂ ਬੱਚੇ ਕਿਹਦੇ ਕੋਲ ਸੰਭਾਲੇ ਸੀਗੇ? ਸੰਭਾਲੇ ਸੀ ਜੀ ਜੀ। ਮੈਂ ਉਸ ਗੱਲ 'ਤੇ ਆ ਰਿਹਾ ਜੀ, ਜਦੋਂ ਪ੍ਰੋਪਰਟੀ ਦੀ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਕਿ ਮੈਂ 88 ਤੋਂ ਲੈ ਕੇ 2000 ਤੱਕ ਲਗਭਗ 7 ਕਰੋੜ ਦੇ ਏੜ ਗੇੜ ਜਿਹੜੀ ਪ੍ਰੋਪਰਟੀ ਬਣਾਈ ਸੀ। ਨਹੀਂ, 7 ਕਰੋੜ ਇੱਕ ਮਿੰਟ ਜੀ, ਜਦੋਂ ਆਪਾਂ ਅੱਜ ਉਹਨਾਂ ਦੇ ਹਾਲਾਤ ਦੇਖਦੇ ਹਾਂ, ਤੁਹਾਡੇ ਹਾਲਾਤ ਦੇਖਦੇ ਹਾਂ, ਨਾ ਤਾਂ ਉਹ ਪ੍ਰੋਪਰਟੀ ਤੁਹਾਡੇ ਕੋਲ ਦਿੰਦੀ ਆ, ਨਾ ਉਹਨਾਂ ਕੋਲ ਦਿੰਦੀ ਆ, ਫਿਰ ਗਈ ਕਿੱਧਰ? ਅੱਧ ਵਿਚਾਲੇ ਕਿੱਧਰ ਰਹਿ ਗਈ? ਜਿਵੇਂ ਆਪਾਂ ਹੁਣ ਕਿਸੇ, ਮੈਂ ਕੀ ਕਹਾਂ ਹੁਣ, ਮੈਨੂੰ ਵਾਰ ਵਾਰ ਹਰ ਇੱਕ ਚੈਨਲ ਵਾਲਿਆਂ ਨੂੰ ਕਹਿੰਦੇ ਨੇ, ਮੈਨੂੰ ਤਾਂ ਸ਼ਰਮ ਆਉਂਦੀ ਆ। ਠੀਕ ਆ, ਵਾਰ ਵਾਰ ਇੱਕ ਗੱਲ ਕਹਿੰਦੇ ਉਹਨੂੰ, ਇੱਕ ਗੱਲ ਕਹਿੰਦੇ ਉਹਨੂੰ, ਜਦੋਂ ਇੰਨੀਆਂ ਮੱਖੀਆਂ ਮਗਰ ਲਾ ਲਏ, ਗੁੜ 'ਤੇ ਮੱਖੀਆਂ ਆਈ ਜਾਣ। ਠੀਕ ਆ, ਅਤੇ ਗੁੜ ਤਾਂ ਫਿਰ ਹੌਲੀ ਹੌਲੀ ਖਾਂਦੇ ਖਾਂਦੇ ਖਤਮ ਹੀ ਹੋਊਗਾ ਨਾ, ਉਹ ਗੱਲ ਹੋਈ ਹੈ।
ਸਾਡੇ ਨਾਲ ਜੀ, ਜਿਵੇਂ ਕਿ ਉਹਨੂੰ ਰੱਖ ਲਿਆ, ਉਹਦੇ ਨਾਲ ਗਾਉਣ ਲੱਗ ਗਿਆ, ਉਹਦਾ ਕੌਣ ਛੱਡਦਾ? ਅਲਾ ਕਹਿੰਦਾ ਸਾਡੀ ਤਜੋਰੀ ਭਰੇ, ਉਹਨਾਂ ਦੇ ਜਵਾਕ ਭਾਵਾਂ ਨੰਗ ਬਣ ਜਾਣ, ਭੁੱਖੇ ਤਿਆਰ ਰਹਿਣ, ਕੋਈ ਵੀ ਅਗਲਾ ਕਹਿੰਦਾ ਸਾਡੀ ਤਜੋਰੀ ਭਰੇ, ਸਾਡੇ ਜਵਾਕ ਸਹੀ ਰੋਟੀ ਸਹੀ ਖਾਣ, ਕਿਸੇ ਦਾ ਕੋਈ ਨਹੀਂ ਮਤਲਬ ਕਿਸੇ ਨੂੰ ਅੱਜ ਤੱਕ। ਅਤੇ ਉਹ ਤੀਵੀਆਂ ਨੂੰ ਮਗਰ ਲਾਇਆ ਸੀ ਉਹਨੇ, ਤੀਵੀਆਂ ਦਾ ਯਾਰ ਆ ਉਹ, ਇਹ ਸੱਚੀ ਗੱਲ ਆ, ਕੋਈ ਝੂਠ ਵਾਲੀ ਗੱਲ ਨਹੀਂ। ਕਲੇਸ਼ ਕਰਦਾ ਸੀ ਸਾਡੇ ਨਾਲ, ਰਿਵਾਲਵਰ ਚੱਕ ਲੈਂਦਾ ਸੀ, ਗੰਨ ਉਹਦੇ ਕੋਲ ਸੀਗੀ, ਅਸੀਂ ਲੁਕਦੇ ਫਿਰਦੇ ਹੁੰਦੇ ਸੀ, ਉਹ ਕੋਠੀ ਲੋਕ ਲਾ ਕੇ ਦੋ ਦੋ ਤਿੰਨ ਤਿੰਨ ਘੰਟੇ ਉਹ ਲੋਕ ਲਾ ਕੇ ਸਾਨੂੰ ਪਤਾ ਨਹੀਂ ਕਿੱਥੇ ਜਾਂਦਾ ਸੀ ਕਿੱਥੇ ਨਾ। ਇਹ ਕੋਈ ਝੂਠ ਵਾਲੀ ਗੱਲ ਨਹੀਂ ਮੈਂ ਕਰਦੀ, ਅੱਜ ਨਾ ਗੱਲ ਕਰਾਂ। ਉਹ ਮੇਰੇ ਸਾਹਮਣੇ ਆ ਕੇ ਗੱਲਾਂ ਕਰੇ, ਠੀਕ ਹੈ ਨਾ। ਜਿਹੜੀ ਗੱਲ ਆਉਂਦੀ ਆ, ਕਹਿੰਦੇ ਜਿੰਨੀ ਵੀ ਸੰਪੱਤੀ ਸੀ, ਭਾਵੇਂ ਉਹ ਗੱਡੀਆਂ ਸੀ, ਭਾਵੇਂ ਉਹ ਕੋਠੀ ਸੀ, ਕਿ ਅਮਨਜੋਤ ਆਪਣੇ ਨਾਂ ਕਰਵਾਉਂਦੇ ਸੀ ਹਰ ਵਾਰੀ ਜਦੋਂ ਕੋਈ ਨਵੀਂ ਗੱਡੀ ਲਈ ਜਾਂਦੀ ਜਾਂ ਕੋਈ ਨਵੀਂ ਪ੍ਰੋਪਰਟੀ ਲਈ ਜਾਂਦੀ, ਹਰ ਵਾਰੀ ਕਹਿੰਦੇ ਆਪਣੇ ਨਾਮ ਕਰਵਾਉਂਦੇ ਸੀ। ਮੈਂ ਥੋੜੀ ਕਰੂੰਗੀ ਵੀ ਮੈਂ ਧੱਕੇ ਨਾ ਕਰਾਉਂਗੀ ਉਹਦੇ, ਕਿੰਨੀ ਜਦੋਂ ਮੈਂ ਇੱਕ ਮਿੰਟ ਜਦੋਂ ਮੈਂ ਧੱਕੇ ਨਾ ਕਰਾਉਂਦੀ ਸੀ ਉਦੋਂ ਕਿਉਂ ਨਾ ਭੱਜਿਆ ਫਿਰ, ਉਦੋਂ ਕਿਉਂ ਨਾ ਰੌਲਾ ਪਾਇਆ ਵੀ ਤੂੰ ਕਿਵੇਂ ਕਰਾ ਸਕਦੀ ਹੈ, ਮੈਂ ਮੇਰੇ ਨਾਲ ਕਰਾਉਂਗੀ। ਇਹ ਮੇਰੇ ਨਾਲ ਆਪ ਹੀ ਕਰਾ ਦਿੰਦਾ ਸੀ, ਮਤਲਬ ਤੁਹਾਡੇ ਨਾਮ ਸੀ। ਹਾਂ, ਮੇਰੇ ਨਾਲ ਕਰਾ ਦਿੰਦਾ ਸੀ, ਇਹ ਗੱਲ ਉਹਦੀ ਸੱਚਾਈ ਆ ਜੀ। ਉਹ ਮੇਰੇ ਨਾਲ ਕਰਾ ਕੇ ਜਦੋਂ ਉਹ ਵੇਚਣ 'ਤੇ ਆਉਂਦਾ ਸੀਗਾ, ਉਦੋਂ ਮੈਨੂੰ ਕਹਿੰਦਾ ਸੀ ਫਲਾਨੀ ਚੀਜ਼ ਆਪਾਂ ਵੇਚਣੀ ਆ। ਮੈਂ ਕਹਿੰਦੀ ਸੀ ਕਾਹਦੇ ਵਾਸਤੇ? ਉਹ ਕਹਿੰਦਾ ਮੈਂ 10 ਲੱਖ ਰੁਪਈਆ ਫਲਾਨੇ ਤੋਂ ਫੜਿਆ ਹੋਇਆ, ਉਹਨੂੰ ਦੇਣਾ, ਉਹਦਾ ਵਿਆਜ ਇੰਨਾ ਲੱਗ ਗਿਆ, ਅਤੇ ਜੇ ਮੈਂ ਅਸੀਂ ਰੌਲਾ ਪਾਉਂਦੇ ਸੀਗੇ, ਅਸੀਂ ਆਖਿਆ ਵੀ ਨਹੀਂ ਅਸੀਂ ਉਹ ਚੀਜ਼ ਅਸੀਂ ਵੇਚਣ ਨਹੀਂ ਦੇਣੀ, ਅਤੇ ਕਲੇਸ਼ ਕਰ ਲੈਂਦਾ ਸੀ, ਪੱਖੇ ਨਾਲ ਉਹ ਲਮਕ ਜਾਂਦਾ ਸੀਗਾ ਜੀ। ਫਿਰ ਸਾਰੇ ਬੱਚੇ, ਮੇਰੇ ਸਾਰੇ ਬੱਚੇ ਨਿੱਕੇ ਨਿੱਕੇ ਹੁੰਦੇ ਸੀ ਉਦੋਂ, ਚੀਕਾਂ ਮਾਰਦੇ, ਰੌਲਾ ਪਾਉਂਦੇ, ਕੋਈ ਰਿਸ਼ਤੇਦਾਰ ਵੀ ਆਇਆ ਹੁੰਦਾ ਸੀ ਉਦੋਂ ਵੀ ਰੌਲਾ ਪੈਂਦਾ ਸਾਡੇ ਘਰ, ਅਤੇ ਅਸੀਂ ਕਹਿੰਦੇ ਵੀ ਤੂੰ ਐਂ ਨਾ ਮਰਨਾ, ਜਿਹੜਾ ਕੁਛ ਲੈਣਾ ਲੈ ਲਾ, ਪਰ ਰੌਲਾ ਨਾ ਪਾ, ਤੂੰ ਇਹ ਕੰਮ ਨਹੀਂ ਕਰਨਾ। ਮੈਂ ਕਹਿੰਦੀ ਸਰ ਸਾਡਾ ਘਰ ਨਾ ਟੁੱਟ ਜੇ ਕਿਤੇ, ਕਲੇਸ਼ ਪੈਸਾ ਤਾਂ ਫਿਰ ਵੀ ਆਜੂ, ਅਸੀਂ ਗਾ ਕੇ ਕਮਾ ਲਵਾਂਗੇ ਫਿਰ, ਜਦੋਂ ਅਸੀਂ ਇੰਨਾ ਕੁਛ ਗਾ ਕੇ ਕਮਾਇਆ ਹੋਇਆ ਤਾਂ ਅਸੀਂ ਫਿਰ ਕਮਾ ਲਵਾਂਗੇ, ਪਰ ਸਾਡਾ ਬੰਦਾ ਇਨਸਾਨ ਨਾ ਸਾਡੇ ਘਰੋਂ ਜਾਵੇ। ਬਸ ਇੰਨੀ ਮੈਂ, ਮੇਰੇ ਦਿਲ 'ਚ ਪਾਪ ਨਹੀਂ ਹੈਗਾ, ਨਾ ਪਾਪ ਰੱਖਿਆ ਮੈਂ, ਇਹਦੇ ਦਿਲ 'ਚ ਪਤਾ ਨਹੀਂ ਕਿਵੇਂ ਇਹ ਪਾਪ ਉੱਠਿਆ। ਅਤੇ ਕਲੇਸ਼ ਤਾਂ ਬੜਾ ਹੁੰਦਾ ਸੀ, ਬਹੁਤ ਕਰਦਾ ਸੀ ਪਰ ਮੈਂ। ਅਤੇ ਫਿਰ ਵਿਆਹ ਤੋਂ ਕਿੰਨਾ ਟਾਈਮ ਬਾਅਦ ਇਹ ਡਿਸਪਿਊਟ ਸਟਾਰਟ ਹੋ ਗਿਆ ਸੀ? ਨਹੀਂ, ਵਿਆਹ ਤੋਂ ਤਾਂ ਬਹੁਤ ਸਾਲ ਬਾਅਦ ਹੋਇਆ ਜੀ, ਜਦੋਂ ਸਾਡੀਆਂ ਕੈਸਟਾਂ ਆਈਆਂ ਗਈਆਂ, ਜਿਵੇਂ ਕਿ ਬੋਲ ਚਮਕੀਲੇ ਦੇ, ਗੱਡੀਆਂ ਵਾਲੀ ਆਈ ਵੀ ਲੈ ਲਓ, ਤੱਕਲੇ ਕੁਰਚਣੇ, ਸਾਲੀ ਮੂੰਗੀ ਦਾਲ ਖਾਣ ਨੂੰ ਕਦੇ ਕਦੇ ਚਿੱਤ ਕਰਦਾ, ਹੋਰ ਕਾਫੀ ਕੈਸਟਾਂ ਆਈਆਂ ਜਦੋਂ, ਉਦੋਂ ਬਾਅਦ ਬਹੁਤ ਸਾਲਾਂ ਬਾਅਦ ਹੋਇਆ, ਤਾਂ ਪੂਰੀ ਚੜ੍ਹਾਈ ਸੀ ਸਾਡੀ, ਬਹੁਤ ਕੁਛ ਖਰੀਦ ਲਿਆ ਸੀ ਅਸੀਂ, ਅਤੇ ਉਦੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋ ਗਿਆ ਕੀ ਨਾ, 2001 ਦੇ ਵਿੱਚ ਸਾਨੂੰ ਨਾਲ ਬਹੁਤ ਕਲੇਸ਼ ਕਰਨ ਲੱਗ ਗਿਆ ਸੀ। ਹਾਂਜੀ, ਜਦੋਂ ਫਿਰ 2004 ਦੇ ਵਿੱਚ ਜਾਂਦੇ ਆ, ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਬੱਚੇ ਅੱਜ ਤੱਕ ਮੇਰੇ ਕੋਲੇ ਨਹੀਂ ਆਏ, ਮੈਨੂੰ ਆਏ ਜੀ ਲੈਣ ਨਹੀਂ ਆਏ, ਹੈ ਨਾ? ਨਹੀਂ ਨਹੀਂ, ਤਾਂ ਫਿਰ ਤੁਸੀਂ ਨਹੀਂ ਕੋਸ਼ਿਸ਼ ਕੀਤੀ ਜਾਂ ਤੁਹਾਡੇ ਬੱਚਿਆਂ ਨੇ? ਕਿਉਂ ਨਹੀਂ ਲੈਣ ਆਏ? ਮੈਂ ਬੱਚਿਆਂ ਨੂੰ, ਮੇਰੇ ਬੇਟੇ ਨੂੰ, ਵੱਡੇ ਨੂੰ, ਛੋਟੇ ਨੂੰ ਭੇਜਦੀ ਰਹੀ ਹਾਂ ਇਹਦੇ ਕੋਲ, ਅਤੇ ਜਦੋਂ ਜਾਂਦੇ ਸੀ ਡੈਡੀ ਅਸੀਂ ਤੁਹਾਨੂੰ ਮਿਲਣਾ ਆਏ ਹਾਂਗੇ,
ਅਤੇ ਡਰਾਇੰਗ ਰੂਮ 'ਚ ਬਿਠਾ ਦਿੰਦਾ ਸੀ, ਅੱਧਾ ਅੱਧਾ ਘੰਟਾ ਮੇਰੇ ਬੱਚੇ ਉੱਥੇ ਬੈਠੇ ਰਹਿੰਦੇ ਸੀਗੇ। ਅਤੇ ਹਰਜੋਤ ਜਿਹੜੀ ਹੈ ਨਾ, ਉਹਦੇ ਕੋਲ ਵੀ ਗਏ, ਉਹ ਕੀ ਕਰਦੀ ਜਦੋਂ ਹੁਣ ਪ੍ਰਾਹੁਣ ਲਾ ਕੇ ਆਏ ਸ਼ਾਮ ਨੂੰ, ਅਤੇ ਇਹਨੂੰ ਡਕਾ ਦਿੰਦੇ ਦਾਰੂ ਨਾਲ, ਜਿੰਨੀ ਪੇਮੈਂਟ ਜਿੰਨੇ ਇਨਾਮ ਜੀ ਸਾਰੇ ਉਹ ਹਜ਼ਮ ਕਰਕੇ ਤੜਕੇ ਉਹਨੂੰ 100 ਰੁਪਏ ਦਿੰਦੇ ਸੀ ਜੀ, ਸਿਰਫ ਮੋਟਰਸਾਈਕਲ ਦੇ ਤੇਲ ਪਵਾਉਣ ਨੂੰ। ਅਤੇ ਜਦੋਂ ਮੈਂ ਆਪਣੇ ਬੱਚਿਆਂ ਨੂੰ ਭੇਜਦੀ ਸੀ ਵੀ ਤੁਹਾਡੇ ਡੈਡੀ ਕੋਲ ਜਾਓ, ਤੁਸੀਂ ਫੀਸ ਭਰਨੀ ਹੈ, ਤੁਸੀਂ ਤੁਹਾਡਾ ਪਿਓ ਆ ਜੀ, ਆਪਣਾ ਹੱਕ ਬਣਦਾ ਜੀ, ਵੀ ਹੋ ਸਕਦਾ ਇਹਦਾ ਮਨ ਪਿਘਲ ਜੇ, ਅਤੇ ਵੀ ਮੇਰੇ ਬੱਚੇ ਤਾਂ ਐਂ ਫਿਰਦੇ ਹੈਗੇ ਜੀ, ਅਤੇ ਹੋ ਸਕਦਾ ਨਾਲ ਆ ਜੇ ਤੁਹਾਡੇ ਜੀ, ਜੋ ਦਿਮਾਗ ਦੇ ਵਿੱਚ ਉਹਦੇ ਕੁਛ ਵੀ ਹੈਗਾ ਚੱਲਦਾ, ਅਤੇ ਆਪਣੇ ਬੱਚਿਆਂ ਨੂੰ ਦੇਖ ਕੇ ਆਪਣੇ ਪਰਿਵਾਰ ਦੇ ਮਗਰ ਵੀ ਆ ਸਕਦਾ। ਅਤੇ ਇਹ ਕੀ ਕਰਦਾ ਸੀ, ਉਹਨਾਂ ਤੋਂ 100 ਰੁਪਇਆ ਮੰਗ ਕੇ ਮੇਰੇ ਬੱਚਿਆਂ ਨੂੰ ਦਿੰਦਾ ਹੁੰਦਾ ਸੀਗਾ। ਵੱਡੇ ਬੇਟੇ ਨੂੰ ਮੈਂ ਭੇਜਦੀ ਰਹੀ ਹਾਂ ਔਰ ਛੋਟੇ ਬੇਟੇ ਨੂੰ ਭੇਜਦੀ ਰਹੀ ਹਾਂ, ਹੁਣ ਤਾਂ ਸੁੱਖ ਨਾਲ ਗੱਭਰੂ ਹੋ ਗਏ ਮੇਰੇ ਬੱਚੇ, ਉਦੋਂ ਨਿਆਣੇ ਸੀਗੇ। ਤੁਸੀਂ ਪੈਸੇ ਦੇਣ ਦੀ ਗੱਲ ਕੀਤੀ ਆ ਕਿ ਪੂਰਾ ਜਿਹੜਾ ਇਨਾਮ ਸੀ ਉਹ ਵੀ ਉਹਨਾਂ ਨੂੰ ਆਪਣੇ ਸਹਾਇਕ ਕਲਾਕਾਰ ਜਿਹੜਾ ਹੁਣ ਉਹਨਾਂ ਨੂੰ ਜਿਹੜੇ ਉਹਨਾਂ ਨਾਲ ਗਾਉਂਦੇ ਨੇ, ਇਹ ਹੁਣ ਗੱਲ ਸੁਣ, ਮੈਂ ਇਹਦੇ ਬੱਚੇ ਵੀ ਜੰਮੇ ਪਾਲੇ ਆ, ਇਹ ਤੀਵੀਆਂ ਰੱਖੀਆਂ ਨੇ ਸਾਰੀਆਂ ਨੰਗ ਬਣਾ ਕੇ ਫਿਰਦੀਆਂ ਸੀ, ਉਹਨਾਂ ਨੂੰ ਤਾਂ ਇਹ ਬਣਦਾ ਨੀਗਾ। ਮੈਨੂੰ ਵਿਆਹ ਕੇ ਲਿਆ ਬੱਚੇ ਜੰਮੇ, ਮੇਰੀ ਇਹ ਬੇਇੱਜ਼ਤੀ ਕਰਦਾ ਚੈਨਲਾਂ 'ਤੇ, ਇਹਨੂੰ ਦਾਰੂ ਨਾਲ ਡਕਾ ਕੇ ਉਹ ਤੀਵੀਆਂ ਨੇ, ਸੱਚਾਈ ਹੈ। ਮੈਨੂੰ ਮਜੀਸ਼ੀਅਨ ਵੀ ਦੱਸਦੇ ਰਹੇ, ਮੈਡਮ ਐਂ ਇਹਦੇ ਨਾਲ ਬੁਰੀ ਕਰਦੀਆਂ ਨੇ ਉਹ ਜਨਾਨੀਆਂ, ਜਦੋਂ ਇੱਦਾਂ ਦਾ ਕੁਛ ਮੈਡਮ ਚੱਲਦਾ ਸੀ ਫਿਰ ਆਪਣੇ ਰਿਸ਼ਤੇਦਾਰਾਂ ਤੱਕ ਨਹੀਂ ਆਪਾਂ ਪਹੁੰਚ ਕੀਤੀ ਕਿ ਰੋਕਿਆ ਜਾਵੇ? ਸਾਰਾ ਰੋਕਿਆ ਸੀ ਰਿਸ਼ਤੇਦਾਰਾਂ ਨੇ, ਗੀਤਕਾਰਾਂ ਨੇ, ਸਰੋਤਿਆਂ ਨੇ, ਸਭ ਨੇ ਰੋਕਿਆ। ਉਦੋਂ ਜੇ ਮੈਂ ਇਹਦੇ ਫੈਂਟਾ ਚਾੜ ਦਿੰਦੀ, ਇਹ ਅੱਜ ਮੈਨੂੰ ਮਾੜੀ ਨਹੀਂ ਸੀ ਕਹਿੰਦਾ। ਮੇਰੇ ਪਰਿਵਾਰ, ਮੇਰੇ ਰਿਸ਼ਤੇਦਾਰ ਸਾਰੇ, ਮੇਰੀ ਮੰਮੀ, ਮੇਰਾ ਭਰਾ ਕਹਿੰਦੇ ਚੱਲ ਕੋਈ ਨਾ ਤੂੰ ਆਪ ਹੀ ਆ ਜਾਊਗਾ ਹੌਲੀ ਹੌਲੀ, ਵੀ ਤੂੰ ਕੋਈ ਕਾਰਵਾਈ ਨਾ ਕਰੀ। ਮੇਰੀ ਮੰਮੀ ਨੇ ਕਿਹਾ ਵੀ ਕੋਈ ਗੱਲ ਨਹੀਂ, ਜੇ ਗਲਤੀ ਹੋ ਗਈ ਉਹ ਤੋਂ ਵੀ ਕਾਰਵਾਈ ਨਾ ਕੋਈ ਵੀ ਕਰ, ਤੂੰ ਕੋਈ ਨਾ ਆ ਜਾਊਗਾ। ਬੱਚੇ ਅਕਸਰ ਉਹਦੇ ਜਵਾਕ ਨੇ, ਅਤੇ ਬੱਚਿਆਂ ਕਰਕੇ ਤਾਂ ਆ ਜਾਊਗਾ ਘਰੇ। ਮੈਂ ਕਾਰਵਾਈ ਕਰਨੀ ਚਾਹੁੰਦੀ ਸੀ, ਮੈਂ ਕਿਹਾ ਥਾਣੇ ਦੇ ਵਿੱਚ ਵੀ ਮੈਂ ਰਿਪੋਰਟ ਦੇਣਾ ਚਾਹੁੰਦੀ ਸੀ, ਅਖਬਾਰਾਂ 'ਚ ਵੀ ਕਢਾਉਣਾ ਚਾਹੁੰਦੀ ਸੀ ਵੀ ਬੰਦਾ ਬੱਚਿਆਂ ਨੂੰ ਛੱਡ ਕੇ ਭੱਜ ਗਿਆ। ਅਤੇ ਸਾਡੇ ਪਰਿਵਾਰ ਨੇ ਕਿਹਾ ਨਹੀਂ ਇਹ ਕੰਮ ਨਹੀਂ ਤੂੰ ਕਰਨਾ ਜੀ, ਮੇਰੇ ਭਰਾ ਨੇ ਵੀ ਕਿਹਾ, ਮੰਮੀ ਨੇ ਵੀ ਕਿਹਾ, ਮੇਰੇ ਹੋਰ ਰਿਸ਼ਤੇਦਾਰ ਨੇ ਕਿਹਾ ਵੀ ਤੂੰ ਆਪਣੀ ਘਰ ਦੀ ਗੱਲ ਆ, ਕੋਈ ਨਾ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਵੀ ਤੂੰ ਇਹ ਕੰਮ ਨਹੀਂ ਕਰਨਾ, ਠੱਪ ਕਰ ਦੇ ਗੱਲ ਨੂੰ, ਕੋਈ ਨਾ ਮਹੀਨਾ ਦੋ ਮਹੀਨੇ ਕਿੰਨਾ ਕੁ ਚਿਰ ਰਹੂਗਾ ਬਾਹਰ ਵੀ ਆ ਜਾਊਗਾ ਬੱਚਿਆਂ ਨੂੰ।
ਉਹਦੇ ਅਕਸਰ ਬੱਚੇ ਐਡੇ ਐਡੇ ਨੇ ਅਤੇ ਆਪਦੇ ਬੱਚਿਆਂ ਦੇ ਵਿੱਚ ਆ ਜੂਗਾ, ਤੂੰ ਇਹ ਕੁਛ ਨਹੀਂ ਕਰਨਾ ਤੂੰ। ਅਤੇ ਮੈਂ ਕੁਛ ਨਹੀਂ ਕੀਤਾ ਵੀ ਚੱਲ, ਹਾਂ ਮੈਂ ਉਹਦੇ ਦਿਮਾਗ 'ਚ ਪੈ ਗਈ ਗੱਲ ਪਰਿਵਾਰ ਦੀ। ਅਤੇ ਜਦੋਂ ਆਇਆ ਨਾ ਅਤੇ ਨੋਟਸ ਆ ਗਏ ਸੀ 15 ਦਿਨਾਂ 'ਚ ਮੈਨੂੰ ਵਕੀਲ ਦਾ ਜੀ ਤਲਾਕ ਦਾ, ਅਤੇ ਮੈਨੂੰ ਬੁਖਾਰ ਹੋ ਗਿਆ ਸੀ ਇਹ ਗੱਲ 'ਤੇ ਵੀ ਉਹ ਬੰਦੇ ਨੇ ਆਹ ਕੀ ਕੀਤਾ। ਚਲੋ ਮੈਨੂੰ ਹੌਂਸਲਾ ਦਿੱਤਾ ਸਾਰਿਆਂ ਨੇ ਵੀ ਕੋਈ ਗੱਲ ਨਹੀਂ, ਬੰਦੇ ਦੇ ਦਿਮਾਗ ਦੇ ਵਿੱਚ ਟੈਂਸ਼ਨਾਂ ਹੁੰਦੀਆਂ ਜਾਂ ਕਿਵੇਂ, ਮੈਂ ਕਿਹਾ ਟੈਂਸ਼ਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਚਲੋ ਮੈਂ ਕੇਸ ਤਾਂ ਜਿੱਤ ਗਈ ਸੀ, 2 ਸਾਲ ਇਹਨੇ ਮੇਰੇ 'ਤੇ ਕੇਸ ਕੀਤਾ। ਮੈਂ ਅਤੇ ਮੁੜ ਕੇ ਵੀ ਇਹ ਬੰਦਾ ਕਹਿੰਦਾ ਵੀ ਮੈਂ ਤਾਂ ਇਹਨਾਂ ਨੂੰ ਕੋਈ ਖਰਚਾ ਨਹੀਂ ਦਿੰਦਾ, ਮੇਰੇ ਬੱਚੇ ਦਾ ਬੇਟੇ ਦਾ ਛੋਟੇ ਦਾ ਖਰਚਾ ਬੱਝਿਆ ਸੀ ਜੀ 800 ਰੁਪਈਆ, ਇਹ ਪਾਟੇ ਕੱਪੜੇ ਪਾ ਕੇ ਨਾ ਜੱਜ ਮੂਹਰੇ ਖੜ ਗਿਆ ਜੀ ਵੀ ਮੇਰੇ ਕੋਲ ਤਾਂ ਕੁਛ ਨਹੀਂ, ਇਹ ਗੱਪ ਮਾਰੇ ਨੇ ਸਾਰਾ ਕੁਛ। ਅਤੇ ਜਦੋਂ ਸਟੇਜਾਂ 'ਤੇ ਜਾਂਦਾ ਸੀ ਉਦੋਂ ਸੱਤ ਅੱਜ ਕੇ ਜਾਂਦਾ ਸੀਗਾ, ਉਦੋਂ ਵਰਦੀਆਂ ਦੇ ਵਾਸਤੇ ਇੰਨੀ ਵਧੀਆ ਗੱਲਬਾਤ ਹੈ ਨਾ, ਜਦੋਂ ਉੱਥੇ ਤਰੀਕ 'ਤੇ ਜਾਣਾ ਇਹਨੇ ਪਾਟੇ ਕੱਪੜੇ ਪਾ ਕੇ ਖੜ ਜਾਣ, ਮੈਂ ਵਕੀਲ ਨਹੀਂ ਕਰ ਸਕਦੀ, ਮੇਰੇ ਕੋਲ ਪੈਸੇ ਹੀ ਨਹੀਂ ਸੀ। ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਦੋਂ ਦੀ ਹੈ, ਕਿਹੜੇ ਸਾਲ ਦੀ ਗੱਲ ਆ, ਕੋਈ ਯਾਦ ਹੈ ਜੀ ਜਦੋਂ ਕੇਸ ਕੀਤਾ, ਇਹ ਕੇਸ ਹੁੰਦਾ? ਇਹ 2004 ਦੀ ਗੱਲ ਹੀ ਹੈ ਜੀ, 4 ਦੀ ਗੱਲ। ਹਾਂਜੀ ਲਾਸਟ ਤੱਕ, ਅਤੇ 2004 ਅਤੇ 5-6 ਤੱਕ ਸਾਡਾ ਕੇਸ ਚੱਲਦਾ ਰਿਹਾ ਜੀ। ਪਰ ਮੈਂ ਚਾਹੁੰਦੀ ਨਹੀਂ ਸੀ ਮੈਂ ਇਹ ਤੋਂ ਅਲੱਗ ਹੋਵਾਂ ਕਿ ਜੇ ਤਾਂ ਮੈਂ ਉਹੀ ਗਾਉਂਦੀ ਹੋਵਾਂ ਫਿਰ ਤਾਂ ਮੈਂ ਮੈਨੂੰ ਕੀ ਲੋੜ ਸੀ। ਪਰ ਮੈਂ ਤਾਂ ਨਾ ਗਰੀਬੀ ਕੱਟੀ ਹੋਈ ਆ ਜੀ, ਮੈਂ ਇਕੱਲੀ ਨੇ ਨਹੀਂ, ਮੇਰੇ ਭਰਾ ਨੇ, ਮੇਰੀ ਮਾਂ ਨੇ, ਇਹਦੇ ਭੈਣ ਨੇ, ਇਹਦੇ ਭਰਾ ਨੇ, ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ, ਸਿਰਫ ਮੇਰੇ ਪਰਿਵਾਰ ਨੇ ਸਾਥ ਦਿੱਤਾ। ਅੱਜ ਉਹ ਜਿੰਨੇ ਮਰਜ਼ੀ ਝੂਠ ਮਾਰੀ ਜਾਵੇ ਅਤੇ ਮਾਰੀ ਵੀ ਜਾਂਦਾ ਗਾ ਵੀ ਇਹਨਾਂ ਕੋਲ 17 ਗੱਡੀਆਂ, 7 ਕੋਠੀਆਂ, ਇਹ ਕੁਝ ਤੁੱਕ ਬਣਦੀ ਆ? ਚੱਲ ਮੈਂ 2 ਕੋਠੀਆਂ ਵੇਚ ਲੂੰਗੀ, 4 ਵੇਚ ਲੂੰਗੀ। ਨਹੀਂ 17 ਗਨਮੈਨ ਨਹੀਂ ਜੀ, ਗਨਮੈਨ ਸਾਡੇ ਕੋਲ ਹੈਗੇ ਸੀਗੇ ਪੱਕਾ, ਇਹ ਗੱਲ ਸਹੀ ਹੈ ਉਹਦੀ। ਅਤੇ ਪਰ ਜਿਹੜਾ ਉਹ ਗੱਪ ਮਾਰਦਾ ਗਾ ਵੀ 17 ਕੋਠੀਆਂ ਇਹਨਾਂ ਨੂੰ ਦੇ ਗਿਆ ਨਾ, 7 ਕੋਠੀਆਂ, 17 ਗੱਡੀਆਂ ਇਹਨਾਂ ਨੂੰ ਦੇ ਗਿਆ, ਠੀਕ ਆ ਗੱਡੀ ਸਫਾਰੀ ਸਾਡੇ ਕੋਲ ਪੰਜਾਬ ਦੇ ਵਿੱਚ ਸਾਡੇ ਕੋਲ ਸੀਗੀ, ਟੈਂਪੂ ਟਰੈਵਲ ਗੱਡੀ ਆਪਣੇ ਗੁਰਦਾਸ ਮਾਨ ਜੀ ਨੇ ਉਹਨਾਂ ਕੋਲ ਸੀ ਪੰਜਾਬ 'ਚ ਜਾਂ ਸਾਡੇ ਕੋਲ ਸੀ ਜੀ। ਇਹ ਸੱਚਾਈ ਹੈ, ਜਿੰਨੀ ਕੁ ਸੱਚਾਈ ਹੈ ਉਨੀ ਕੁ ਮੈਂ ਗੱਲ ਕਰੂੰਗੀ। ਪਰ ਝੂਠ ਵਾਲੀ ਮੇਰੇ ਕੋਲ, ਮੈਂ ਨਾ ਝੂਠ ਮਾਰਿਆ ਅਤੇ ਨਾ ਮੈਂ ਬਰਦਾਸ਼ਤ ਕਰਾਂ। ਪ੍ਰੋਪਰਟੀ ਦੀ ਗੱਲ ਦੇ ਵਿੱਚ ਇੱਕ ਕਹਿੰਦੇ ਆ ਕਿ ਆਪਣੇ ਬੱਚਿਆਂ ਦੇ ਲਈ ਕੋਈ ਜ਼ਮੀਨ ਛੱਡ ਗਏ ਸੀ, ਕੋਈ ਸ਼ਾਇਦ ਘਰ ਛੱਡ ਗਏ ਸੀ, ਜਿਹਦੇ ਲਈ ਮੇਰੇ ਬੱਚਿਆਂ ਨੇ ਕਿਹਾ ਕਿ ਅਸੀਂ ਮੋਹਾਲੀ ਘਰ ਲੈਣਾ ਵੀ ਡੈਡੀ ਸਾਨੂੰ ਇਹ ਛੱਡ ਦਿਓ, ਕਿੰਨਾ ਕੁ ਸੱਚ ਆ? ਇਹ ਸਾਰੇ ਝੂਠ ਮਾਰਦਾ। ਮੈਂ ਕੋਈ ਹੈਗਾ ਸੀ ਕੋਈ ਛੱਡ? ਨਾ ਨਾ ਕੁਛ ਨਹੀਂ, ਸਾਡੇ ਕੋਲ ਕੁਛ ਨਹੀਂ ਛੱਡ ਕੇ ਗਿਆ ਸਾਡੇ ਕੋਲ, ਅਤੇ ਝੂਠ ਮਾਰ ਰਹੇ ਨੇ।
ਜਿਹੜੇ ਘਰ 'ਚ ਅਸੀਂ ਉੱਥੇ ਰਹਿੰਦੇ ਸੀਗੇ ਬੱਸ ਸਟੈਂਡ ਕੋਲ, ਉਹ ਕਿਸੇ ਦੇ ਨਾਲ ਸੀਗਾ ਜੀ, ਉਹਦੇ ਵਿੱਚ ਅਸੀਂ ਰਹਿੰਦੇ ਸੀ ਜੀ। ਸਾਰੇ ਝੂਠ ਮਾਰ, ਤੁਸੀਂ ਮੇਰੀ ਗੱਲ 'ਤੇ ਯਕੀਨ ਨਹੀਂ ਕਰਨਾ, ਤੁਸੀਂ ਉੱਥੇ ਜਾ ਕੇ ਪਤਾ ਵੀ ਕਰ ਸਕਦੇ ਬੱਸ ਸਟੈਂਡ ਵਾਲੇ ਮਕਾਨ ਦੇ ਵਿੱਚ ਕਿਸੇ ਤੋਂ ਵੀ, ਉੱਥੇ ਜਿਹੜੇ ਕਿ ਆਂਢੀ ਗੁਆਂਢੀ ਆ ਉਹਨਾਂ ਤੋਂ ਪਤਾ ਕਰੋ ਵੀ ਉਹ ਜਗਤਾਰ ਦੇ ਨਾਂ ਹੈਗਾ ਸੀਗਾ, ਅਮਨਜੋਤ ਦੇ ਨਾਂ ਸੀ ਜਾਂ ਅਵਤਾਰ ਦੇ ਨਾਂ ਸੀਗਾ। ਇੰਨੇ ਝੂਠ ਮਾਰਦਾ ਇਹ, ਝੂਠ ਹੀ ਪੱਲੇ ਰਹਿ ਗਿਆ ਇਹਦੇ। ਮੈਂ ਤਾਂ ਇਹ ਪੁੱਛਦੀ ਹਾਂ ਮੈਂ ਅਵਤਾਰ ਨੂੰ ਵੀ ਬੱਚੇ ਤਾਂ ਹੁਣ ਸੈੱਟ ਹੋ ਜਾਣੇ ਆ, ਕਿ ਉਹ ਬੱਚੇ ਆ ਕਦੇ ਤਾਂ ਸੈੱਟ ਹੋਣਗੇ ਉਹ, ਪਰ ਤੂੰ ਆਪਦਾ ਬੁਢੇਪੇ ਨੂੰ ਸੋਚ ਲੈ ਵੀ ਤੇਰੇ ਨਾਲ ਹਾਲ ਕੀ ਹੋਊਗਾ ਜਿਹੜਾ ਤੂੰ ਮਾਰਦਾ ਫਿਰਦਾ। ਫੜਾ ਹੁਣ ਕਿ ਤੇਰੇ 'ਚ ਹੁਣ ਜਾਨ ਆ ਗਈ, ਹਾਲੇ ਅੱਧਾ ਬੁੱਢਾ ਤਾਂ ਤੂੰ ਹੋ ਗਿਆ, ਗਾਹਾਂ ਦੇਖਾਂਗੇ ਕਿੰਨੀ ਕੁ ਤੇਰੇ 'ਚ ਜਾਨ ਰਹੂਗੀ। ਕਿ ਸਾਰੇ ਲੋਕ ਸਾਰੀ ਦੁਨੀਆ ਦੇ ਵਿੱਚ ਪਹਿਲਾਂ ਬਚਪਨ ਆਉਂਦਾ, ਫਿਰ ਜਵਾਨੀ ਹੁੰਦੀ ਆ, ਫਿਰ ਬੁਢੇਪਾ ਆਉਂਦਾ। ਮੈਂ ਤੈਨੂੰ ਇਹ ਦੇਖੂੰਗੀ ਵੀ ਤੂੰ ਬੁਢੇਪੇ ਦੇ ਵਿੱਚ ਤੂੰ ਤੈਨੂੰ ਸਾਂਭਦਾ ਕੌਣ ਆ। ਬੱਚਿਆਂ ਨੇ ਤਾਂ ਮੇਰੇ ਨੇ ਸੈੱਟ ਹੋ ਜਾਣਾ, ਅੱਜ ਨਹੀਂ ਕੱਲ੍ਹ ਨਹੀਂ, ਕਿਉਂ ਜੇ ਸਾਡੇ ਆਹ ਦਿਨ ਨਹੀਂ ਨਾ ਰਹੇ ਸਾਡੇ 'ਤੇ ਤਾਂ ਉਹ ਦਿਨ ਵੀ ਨਹੀਂ ਰਹਿੰਦੇ। ਤੂੰ ਆਪਦੀ ਜ਼ਿੰਦਗੀ ਬਾਰੇ ਸੋਚ ਹੁਣ ਵੀ ਤੇਰੇ ਨਾਲ ਕੀ ਹੋਊਗਾ। ਤੁਸੀਂ ਗੱਲ ਬੱਚਿਆਂ ਦੇ ਸੈੱਟ ਹੋਣ ਦੀ ਕੀਤੀ ਆ, ਉਹਨਾਂ ਦੇ ਦੱਸਣ ਮੁਤਾਬਕ ਤਾਂ ਬੱਚੇ ਸੈੱਟ ਨੇ ਕਿ ਕੁੜੀ, ਉਹਨਾਂ ਦੇ ਵੱਡੇ ਪ੍ਰੋਫੈਸਰ ਆ, ਵੱਡੇ ਬੇਟਾ ਵੀ ਪ੍ਰੋਫੈਸਰ ਆ ਉਹਨਾਂ ਦਾ, ਉਹਨਾਂ ਦੇ ਦੱਸਣ ਮੁਤਾਬਕ। ਉਹਨੂੰ ਤੁਸੀਂ ਐਂ ਪੁੱਛੋ ਕਿਹੜੇ ਕਾਲਜ ਦੇ ਪ੍ਰੋਫੈਸਰ ਨੇ ਬੱਚੇ, ਸਾਨੂੰ ਕਾਲਜ ਦੱਸੋ। ਤੁਸੀਂ ਇੰਟਰਵਿਊ ਲੈ ਲਿਓ ਉਹਨਾਂ ਦੀ? ਨਹੀਂ, ਉਹਨਾਂ ਕੋਲ ਨਹੀਂ ਗਏ। ਹਾਂ, ਤੁਸੀਂ ਉਹਨਾਂ ਕੋਲ ਜਾਇਓ ਵੀ ਸਾਨੂੰ ਐਂ ਦੱਸੋ ਵੀ ਕਿਹੜੇ ਕਾਲਜ ਦੇ ਵਿੱਚ ਨੇ, ਠੀਕ ਆ? ਉਹ ਕਾਲਜ ਦੇ ਵਿੱਚ ਪਤਾ ਕਰ ਲਓ। ਆਹ ਮੇਰੀ ਬੇਟੀ ਹੈ ਇੱਕ, ਆ ਵੱਡੀ ਬੇਟੀ ਜੀ, ਛੋਟੀ ਜਿਹੀ ਕੰਪਨੀ ਦੇ ਵਿੱਚ ਕੰਮ ਕਰ ਰਹੀ ਹੈ ਜੀ। ਵੱਡਾ ਬੇਟਾ ਮੇਰੇ ਉੱਥੇ ਲੈਬ 'ਚ ਲੱਗਿਆ ਹੋਇਆ ਜੀ, 5-7 ਹਜ਼ਾਰ ਰੁਪਏ ਦਿੰਦੇ ਡਾਕਟਰ, ਕਿੰਨਾ ਕੁ ਦਿੰਦੇ ਆ? ਦਿੰਦੇ ਨੂੰਹ ਰਾਣੀ ਵੀ ਉੱਥੇ ਲੱਗੀ ਹੋਈ ਹੈ। ਇਹ ਝੂਠ ਬੋਲਦਾ ਮੇਰੇ ਕੋਲ, ਮੇਰਾ ਬੇਟਾ ਆਉਂਦਾ, ਮੇਰੀ ਨੂੰਹ ਆਉਂਦੀ ਹੈ, ਮੇਰਾ ਪਲਾਨਾ ਆਉਂਦਾ, ਸਾਰੇ ਫਰੋਡ ਕਰਦਾ, ਗੱਪ ਮਾਰਦਾ, ਪਾਵਲ ਕੋਲ ਆਪਦੇ ਬੰਨੀ ਖਿੱਚਣ ਦਾ ਮਾਰਿਆ ਕਰਦਾ, ਸਾਰਾ ਕੁਛ ਸਾਰੇ ਝੂਠ ਬੋਲ ਰਿਹਾ। ਗਰੀਬੀ ਤੱਕ ਤਾਂ ਮੈਂ ਬਹੁਤ ਇਹਦੇ ਨਾਲ ਸਾਥ ਦਿੱਤਾ, ਮੇਰੀ ਇਹ ਛੋਟੀ ਜਿਹੀ ਬੇਟੀ, ਇਹ ਵੱਡਾ ਬੇਟਾ ਸੀਗਾ ਜੀ, ਸਾਡੀ ਤਾਂ ਇਹਨੇ ਕਦਰ ਨਹੀਂ ਪਾਈ ਬੰਦੇ ਨੇ। ਮੇਰੀ ਮੰਮੀ ਨੇ, ਮੇਰੇ ਭਰਾ ਨੇ ਸਾਡਾ ਸਾਥ ਦਿੱਤਾ ਸ਼ੁਰੂ ਤੋਂ, ਸ਼ੁਰੂ ਤੋਂ ਗਰੀਬੀ ਤੋਂ ਅਤੇ ਹੁਣ ਤੱਕ। ਮੇਰੀ ਮੰਮੀ ਪਿਛਲੇ ਸਾਲ ਡੈਥ ਹੋਈ ਆ, ਉਹਦੀ ਫਿਕਰਾਂ ਦੇ ਵਿੱਚ ਜੀ ਜੀ। ਤੁਸੀਂ ਇਹ ਕਿਹਾ ਸੀ ਕਿ ਮੇਰੀ ਮਦਰ ਦੀ ਡੈਥ 'ਤੇ ਉਹ ਨਹੀਂ ਆਏ, ਉਹ ਕਹਿੰਦੇ ਕਿ ਮੇਰੇ 5 ਡੈਥਾਂ ਹੋਈਆਂ ਸਾਡੇ ਪਰਿਵਾਰ ਦੇ ਵਿੱਚ, ਉਹਨਾਂ ਨੇ ਇੱਕ ਵਾਰ ਵੀ ਉਹ ਸਾਡੇ ਦਰ 'ਤੇ ਆ ਕੇ ਨਹੀਂ ਟੁਕੇ, ਫਿਰ ਮੈਂ ਕਿਉਂ ਜਾਵਾਂ? ਸੱਚ ਆ ਜੀ ਇਹ? ਤੁਸੀਂ ਗਏ ਜਦੋਂ ਉਹਦੀ ਮੰਮੀ ਡੈਥ ਹੋਈ ਆ ਉਦੋਂ ਮੈਂ ਗਈ ਹਾਂ। ਇਹ ਵੀ ਝੂਠ ਬੋਲਦਾ ਇਹ, ਇਹਦੇ ਭਰਾਵਾਂ ਨੇ ਕਹਿਤਾ ਸੀ ਵੀ ਇੱਥੇ ਵੜੂਗਾ ਤਾਂ ਮੈਂ ਲੱਤਾਂ ਤੋੜ ਦਾਂਗੇ ਅਸੀਂ। ਇਹਦੀ ਭੈਣ ਨੇ ਫੋਨ ਕੀਤਾ ਸੀਗਾ ਜੀ, ਇਹਦੀ ਭੈਣ, ਇਹਦੀ ਮਾਂ ਦਾ ਭੋਗ ਅਸੀਂ ਬਠਿੰਡੇ ਪਾਇਆ,
ਠੀਕ ਆ, ਉਹ ਮੇਰੇ ਕੋਲ ਸਨੈਪ ਪਈਆਂ ਨੇ। ਜਿਹੜਾ ਮੇਰਾ ਬ੍ਰਦਰ ਬਣਿਆ ਸੀ ਮੁੰਡਾ, ਉਹਨੇ ਮੈਨੂੰ ਰਿੰਗ ਪਾਏ ਸੀਗੇ, ਕੰਠਾ ਪਾਇਆ ਸੀ, ਸਾਡੇ ਸਾਰੇ ਰਿਸ਼ਤੇਦਾਰਾਂ ਨੇ ਰਲ ਕੇ ਜੋ ਜੋ ਸਾਡੇ ਰਿਸ਼ਤੇ ਸੀ ਸਭ ਕੁਛ ਸਾਨੂੰ ਕੀਤਾ, ਕੱਪੜਾ ਲੀੜਾ ਦਿੱਤਾ, ਜਿਵੇਂ ਕਿ ਰਿਵਾਜ਼ ਹੁੰਦਾ ਪਰਿਵਾਰਾਂ 'ਚ। ਅਤੇ ਦੋ ਨੰਬਰ ਗਲੀ ਆ ਸਾਡੀ ਆਪਣੇ ਹੁਕਮੇ ਚੱਕੀ ਆ, ਉੱਥੇ ਜਾ ਕੇ ਵੀ ਤੁਸੀਂ ਪੁੱਛ ਗਿੱਛ ਕਰ ਸਕਦੇ ਹੋ, ਠੀਕ ਆ ਜੀ। ਇਹ ਕੋਈ ਓਹਲੇ 'ਚ ਤਾਂ ਕੋਈ ਗੱਲ ਨਹੀਂ ਹੋਈ ਜੀ ਜੀ। ਤੁਸੀਂ ਉੱਥੇ ਵੀ ਕਿਸੇ ਨੂੰ ਪੁੱਛੋ ਜਾ ਕੇ ਵੀ ਅਵਤਾਰ ਚਮਕ ਦੀ ਮਾਂ ਦਾ ਭੋਗ ਕਿੱਥੇ ਪਿਆ ਸੀਗਾ, ਉੱਥੇ ਅਸੀਂ ਉੱਥੇ ਭੋਗ ਪਾਇਆ ਅਤੇ ਉਹਨਾਂ ਨੇ ਉੱਥੇ ਭੋਗ ਪਾਇਆ, ਇਹਦੇ ਘਰਦਿਆਂ ਨੇ ਇਹਨੂੰ ਵੜਨ ਹੀ ਨਹੀਂ ਸੀ ਦਿੱਤਾ। ਅੱਜ ਇਹ ਗੱਪ ਮਾਰਦਾ ਮੇਰੀ ਮਾਂ ਦੇ ਭੋਗ 'ਤੇ ਨਹੀਂ ਆਈ, ਮੇਰੀ ਮਾਂ ਦੇ ਮਰੇ 'ਤੇ ਨਹੀਂ ਆਈ, ਸਾਰੀ ਰਾਤ ਅਸੀਂ ਉੱਥੇ ਰਹੇ ਹਾਂ, ਠੀਕ ਆ। ਜਦੋਂ ਇਹ ਆਪਦੀ ਭੈਣ ਦੀ ਗੱਲ ਕਰਦਾ ਗਾ, ਉਦੋਂ ਇਹਨੇ ਸਾਨੂੰ ਦੱਸਿਆ ਨਹੀਂ ਸੀ, ਉਹ ਤਾਂ 4-5 ਦਿਨਾਂ ਤੋਂ ਅਸੀਂ ਫੋਨ ਕਰ ਲਿਆ ਬੇਟੀ ਨੇ, ਉਹ ਛੋਟੀ ਸੁੱਤੀ ਪਈ ਹੈਗੀ, ਵੀ ਡੈਡੀ ਕਿੱਥੇ ਹੋਊਗੇ। ਉਹ ਕਹਿੰਦਾ ਮੈਂ ਆਹ ਗੱਲ ਹੋ ਗਈ, ਅਤੇ ਇਹਨੇ ਸਾਨੂੰ ਕੋਈ ਬੁਲਾਇਆ ਨੇ, ਸਾਨੂੰ ਦੱਸਿਆ ਨਹੀਂ, ਝੂਠ ਬੋਲਦਾ। ਜਦੋਂ ਇਹਦੇ ਭਰਾਵਾਂ ਦੀ ਜਾਂ ਇਹਦੀ ਭਰਜਾਈ ਦੀ ਡੈਥ ਹੋਈ ਆ 4-5 ਜਣਿਆਂ ਦੀ, ਠੀਕ ਆ, ਉਦੋਂ ਇਹ ਅਲੱਗ ਸੀ ਸਾਡੇ ਨਾਲ, ਠੀਕ ਆ। ਜੇ ਹੁਣ ਸਾਡੇ ਨਾਲ ਕੋਈ ਸੰਪਰਕ ਕਰੂਗਾ ਮੇਰੇ ਸਹੁਰਾ ਪਰਿਵਾਰ, ਠੀਕ ਆ, ਅਤੇ ਫਿਰ ਹੀ ਮੈਂ ਜਾਊਂਗੀ। ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ ਕਰੇ, ਮੈਂ ਕਿੱਥੇ ਜਾਵਾਂ, ਮੈਨੂੰ ਜਦੋਂ ਪਤਾ ਹੀ ਨਹੀਂ ਕੋਈ ਗੱਲ ਦਾ। ਇਹ ਸਾਰੇ ਇਹਦੇ ਕੋਲ ਝੂਠ ਤੂਫਾਨ ਨੇ, ਗੱਪ ਮਾਰਦਾ ਹੈ ਬੰਦਾ। ਜਦੋਂ 2004 ਦੇ ਵਿੱਚ ਉਹ ਛੱਡ ਕੇ ਚੱਲ ਜਾਂਦੇ ਨੇ ਤਾਂ ਫਿਰ ਜਿਹੜੀ ਆਪਾਂ ਪ੍ਰੋਪਰਟੀ ਦੀ ਗੱਲ ਕਰਦੇ ਹੋ, ਵੇਚ ਵੱਟ ਜਾਂਦੇ ਨੇ ਜਾਂ ਕੀ? ਹਾਂਜੀ, ਉਹ ਸਰ ਫਿਨਿਸ਼ ਕਰ ਗਿਆ ਸੀ 2004 ਦੇ ਵਿੱਚ, ਖਤਮ ਹੋ ਗਿਆ ਸੀ, ਖਤਮ ਕਰਤਾ ਸੀ ਇਹਨੇ ਸਾਰਾ ਕੁਛ। ਫਿਰ ਹੀ ਇਹ ਭੱਜੇਗਾ, 6 ਮਹੀਨੇ ਪਹਿਲਾਂ ਇਹ ਮੈਟਰ ਤਿਆਰ ਕਰਦਾ ਰਿਹਾ ਜੀ। 2004 ਦੇ ਵਿੱਚ ਇਹ, ਅਸੀਂ 2004 ਦੇ ਵਿੱਚ ਇੰਗਲੈਂਡ ਗਏ ਹਾਂਗੇ 2 ਵਾਰ ਜੀ। ਉੱਥੋਂ ਆ ਕੇ ਇਹਨੇ ਅਲੱਗ ਡਾਇਰੀਆਂ ਦੇ ਵਿੱਚ ਇਹਨੇ ਮੈਟਰ ਤਿਆਰ ਕਰਨਾ, ਲਿਖੀ ਜਾਣੇ ਗੀਤ ਲਿਖੀ ਜਾਣੇ। ਹੁਣ ਮੈਨੂੰ ਤਾਂ ਐਂ ਸੀ ਵੀ ਜਿਹੜੇ ਲਿਖਾਰੀਆਂ ਦੇ ਗੀਤ ਆਏ ਹੋਏ ਨੇ, ਚੱਲ ਉਹ ਲਿਖੀ ਜਾਂਦਾ ਗਾ ਜੀ, ਸਾਨੂੰ ਤਾਂ ਡਾਊਟ ਹੀ ਨਹੀਂ ਸੀ ਮੈਨੂੰ ਕੋਈ ਇਸ ਗੱਲ ਦਾ ਜੀ। ਪਰ ਨਿੱਕੀ ਨਿੱਕੀ ਕਲੇਸੀ ਐਂ ਜੇ ਕਲੇਸ਼ ਚੱਲਦਾ ਰਹਿੰਦਾ ਸੀ ਸਾਡਾ, ਮਾੜਾ ਮਾੜਾ ਜੀ, ਮਾੜਾ ਮਾੜਾ। ਕਿਵੇਂ, ਜੇ ਕੋਈ ਮੈਂ ਗੱਲ ਪੁੱਛਦੀ ਸੀ ਐਂ ਭੱਜ ਕੇ ਪੈ ਜਾਂਦੇ ਸੀ ਸਾਨੂੰ ਜੀ, ਚੱਲ ਅਸੀਂ ਚੁੱਪ ਹੋ ਜਾਂਦੇ ਸੀਗੇ। ਜਦੋਂ ਲਾਸਟ 'ਤੇ ਇਹਨੇ ਡਾਇਰੀ ਚਮਕੀਲਾ ਸਾਹਿਬ ਦੀ ਲਿਖੀ ਜੀ, ਲਿਖਣ ਲੱਗਿਆ ਅਤੇ ਮੈਂ ਆਖਿਆ ਵੀ ਉਸਤਾਦ ਜੀ ਤਾਂ ਡਾਇਰੀ ਆ, ਤੁਸੀਂ ਲਿਖੀ ਬੈਠੇ ਹੋਗੇ ਅਤੇ ਹੁਣ ਆਹ ਡਾਇਰੀ ਤਿਆਰ ਕਾਹਤੋਂ ਕਰਦੇ ਨਵੀਂ? ਅਤੇ ਮੈਨੂੰ ਕਹਿੰਦਾ ਕੋਈ ਸ਼ੱਕ ਆ? ਮੈਂ ਕਿਹਾ ਨਾ, ਮੈਨੂੰ ਤਾਂ ਕੋਈ ਸ਼ੱਕ ਨਹੀਂ। ਅਤੇ ਚੱਲ ਉਹ ਲਿਖ ਲਈ, ਜਿਹੜੀਆਂ ਪੁਰਾਣੀਆਂ ਡਾਇਰੀਆਂ ਸੀ ਮੈਂ ਸਰੋਤਿਆਂ ਨੂੰ ਵੀ ਦੱਸ ਰਹੀ ਹਾਂ, ਸਭ ਦੁਨੀਆਂ ਨੂੰ ਦੱਸ ਰਹੀ ਹਾਂ, ਤੁਹਾਨੂੰ ਵੀ ਦੱਸ ਰਹੀ ਹਾਂ। ਜਿਹੜੀਆਂ ਪੁਰਾਣੀਆਂ ਡਾਇਰੀਆਂ ਸੀ ਉਹ ਤਾਂ ਸਾਰੀਆਂ ਮੈਨੂੰ ਦੇ ਗਿਆ ਜੀ, ਨਵੀਆਂ ਡਾਇਰੀਆਂ ਲਿਖ ਕੇ ਇਹ ਆਪਦੇ ਮੈਟਰ ਤਿਆਰ ਕਰਕੇ ਇਹ ਫਿਰ ਜਦੋਂ ਭੱਜਿਆ 2004 ਦੇ ਵਿੱਚ, ਅਤੇ ਸਾਰਾ ਮੈਟਰ ਇਹ ਲੈ ਗਿਆ ਸੀ ਚੱਕ ਕੇ। ਮੇਰਾ ਪਾਸਪੋਰਟ ਵੀ ਲੈ ਗਿਆ ਸੀ, ਮੇਰੇ ਬੇਟੇ ਦਾ ਵੱਡੇ ਦਾ ਪਾਸਪੋਰਟ ਵੀ ਲੈ ਗਿਆ ਸੀ। ਅਵਤਾਰ ਤੈਨੂੰ ਯਾਦ ਹੋਣਾ ਚਾਹੀਦਾ, ਜਦੋਂ ਸਾਡਾ ਸਾਰੇ ਕਾਗਜ਼, ਇੱਕ ਇੱਥੋਂ ਸਨਾਬਨੀ ਦਾ ਬੰਦਾ ਸੀ, ਮੈਨੂੰ ਨਹੀਂ ਪਤਾ ਉਹਦਾ ਨਾਂ, ਭੁੱਲ ਪੱਲ ਗਈ ਮੈਂ, ਉਹਦਾ ਪਾਸਪੋਰਟ ਵੀ ਤੂੰ ਲੈ ਕੇ ਗਿਆ। ਜਦੋਂ ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਮੈਡਮ ਮੇਰਾ ਪਾਸਪੋਰਟ ਦਿਓ, ਮੈਂ ਕਿਹਾ ਮੇਰੇ ਕੋਲ ਤਾਂ ਹੈ ਹੀ ਨਹੀਂ,
ਮੇਰੀ ਜਿਹੜਾ ਤੇਰੇ ਨਾਲ ਗੱਲ ਹੋਈ ਹੋਈ ਆ, ਕਹਿੰਦੇ ਅਵਤਾਰ ਨੂੰ ਪਾਸਪੋਰਟ ਦੇ ਫੜਾ ਕੇ ਗਿਆ, ਫਿਰ ਤੈਨੂੰ ਉਹ ਬੰਦੇ ਤੋਂ ਫੋਨ ਕਰਾਇਆ ਜਗਰੂਪ ਤੋਂ, ਫਿਰ ਤੂੰ ਉਹਦੇ ਕਾਗਜ਼ ਪੱਤਰ ਸਾਰੇ ਸਾਡੇ ਉਹਦੇ ਜਗਰੂਪ ਦੇ ਘਰ ਫੜਾ ਕੇ ਗਿਆ। ਤੈਨੂੰ ਯਾਦ ਹੋਣਾ ਚਾਹੀਦੀਆਂ ਇਹ ਗੱਲਾਂ, ਤੂੰ ਭੁੱਲ ਗਿਆ ਇਹ ਗੱਲਾਂ, ਤੂੰ ਸਾਰਾ ਕੁਛ ਭੁਲਾ ਗਿਆ, ਤੂੰ ਆਪਦੇ ਬੱਚਿਆਂ ਨੂੰ ਭੁਲਾ ਗਿਆ। ਮੇਰੇ ਨਾਲ ਨਹੀਂ ਬਣਦੀ ਸੀ, ਆਪਣੇ ਬੱਚਿਆਂ ਨਾਲ ਰੱਖਦਾ ਤੂੰ ਸਾਂਝ, ਇਹ ਨਾਲੇ ਤੇਰੇ ਹੁੰਦੇ ਨਾਲੇ ਮੇਰੇ ਹੁੰਦੇ, ਹੁਣ ਤੇਰੇ ਨਹੀਂ ਹੈਗੇ ਬੱਚੇ, ਜੋ ਤੂੰ ਇਹਨੂੰ ਪਿਆਰ ਹੀ ਨਹੀਂ ਦਿੱਤਾ, ਇਹਨਾਂ ਨੂੰ ਸਾਂਭਿਆ ਨਹੀਂ, ਕੁਝ ਦਿੱਤਾ ਨਹੀਂ, ਨਾ ਪੜ੍ਹਾਈਆਂ ਕਰਾਈਆਂ। ਜੇ ਤੂੰ ਬੱਚਿਆਂ ਦਾ ਸਾਥ ਦਿੰਦਾ ਨਾ, ਮੇਰਾ ਬੇਸ਼ੱਕ ਨਾ ਸਾਥ ਦਿੰਦਾ, ਮੈਂ ਕੀ ਗਲਤੀ ਕੀਤੀ ਸੀ ਜਿਹੜਾ ਮੇਰਾ ਤੂੰ ਸਾਥ ਨਾ ਦਿੰਦਾ, ਇਹ ਵੀ ਮੈਂ ਕਹਿ ਰਹੀ ਹਾਂ ਇਹ ਗੱਲ। ਤੂੰ ਕੀ ਮੈਨੂੰ ਦੇਖਿਆ ਸੀ, ਤੂੰ ਮੇਰਾ ਕੀ ਗਲਤੀ ਕੱਢ ਸਕਦਾ, ਖੁਦ ਤੀਵੀਂ ਲੈ ਕੇ ਤਾਂ ਤੂੰ ਆਪ ਭੱਜਿਆ ਅੰਬਰਸਰ, ਤੂੰ ਮੈਨੂੰ ਕਹਿਣਾ ਤੂੰ 7 ਕੋਠੀਆਂ 17 ਗੱਡੀਆਂ, ਇਹ ਝੂਠ ਤੇਰਾ ਨਾ ਤੈਨੂੰ ਲੈ ਕੇ ਬਹਿ ਜੂਗਾ, ਤੂੰ ਬਹਿ ਜਾ ਟਿੱਕ ਕੇ, ਸੱਚਾਈਆਂ ਤੂੰ ਬੋਲ ਪਾ। ਹੁਣ ਆਪਣੇ ਬੱਚਿਆਂ ਨਾਲ ਤੂੰ ਪਿਆਰ ਰੱਖਦਾ ਨਾ, ਅੱਜ ਤੇਰੇ ਕੋਲੇ ਹੁੰਦੇ ਤੇਰੇ ਬੱਚੇ, ਕੋਈ ਤੈਨੂੰ ਪਿਆਰ ਨਹੀਂ ਕਰਦਾ, ਕੋਈ ਨਹੀਂ, ਤੈਨੂੰ ਪੈਸੇ ਦਾ ਪਿਆਰ ਆ ਲੋਕਾਂ ਦਾ, ਜਿਹੜੇ ਬੱਚੇ ਹੁੰਦੇ ਨੇ ਖੂਨ ਹੁੰਦਾ ਆਪਦਾ, ਖੂਨ ਨਾ ਖੂਨ ਨੂੰ ਪਿਘਲਦਾ ਹੁੰਦਾ ਗਾ, ਉਹ ਪਿਆਰ ਕਰਦੇ ਲੋਕ ਤੈਨੂੰ ਪੈਸਿਆਂ ਤੱਕ ਪਿਆਰ ਕਰਦੇ ਆ, ਤੈਨੂੰ ਪਿਆਰ ਨਹੀਂ ਕਰਦੇ, ਸਿਰਫ ਤੇਰੇ ਪੈਸੇ ਨੂੰ ਪਿਆਰ ਕਰਦੇ ਆ। ਤੂੰ ਪੈਸੇ ਲਿਆ ਲਿਆ ਦਿੰਦਾ, ਚੀਜ਼ਾਂ ਲਿਆ ਲਿਆ ਦਿੰਦਾ, ਉਹ ਤੈਨੂੰ ਤਾਂ ਪਿਆਰ ਕਰਦੇ ਆ। ਪਰ ਆਪਾਂ ਜੀ ਮੈਡਮ ਪੈਸੇ ਦੀ ਗੱਲ ਕਰੀਏ, ਅੱਜ ਤਾਂ ਹਾਲਾਤ ਉਹਨਾਂ ਦੇ ਵੀ ਕੁਛ ਬਾਹਲੇ ਚੰਗੇ ਨਹੀਂ, 5000 ਦੀ ਦੱਸ ਰਹੇ ਆ ਕਿ ਨੌਕਰੀ ਉਹ ਕਰ ਰਹੇ ਨੇ, ਹੈ ਨਾ। ਇੱਕ ਵਾਰ ਜਿਹੜੀ ਤੁਹਾਡੀ ਜੋੜੀ ਟੁੱਟਦੀ ਆ, ਪਰ ਉਸ ਤੋਂ ਬਾਅਦ ਸਦੀਕ ਸਾਹਿਬ ਦੇ ਕਹਿਣ 'ਤੇ ਉਹਨਾਂ ਦੱਸਣ ਮੁਤਾਬਕ ਇੱਕ ਵਾਰੀ ਫਿਰ ਤੁਸੀਂ ਇਕੱਠੇ ਹੁੰਦੇ ਹੋ, ਮੈਂ ਲੱਗਦਾ 2 ਡਿਊਟ ਗੀਤ ਕੀਤੇ ਸੀ, ਹੈ ਨਾ ਜੀ, ਉਹ ਸਬੱਬ ਕਿਵੇਂ ਬਣਦਾ ਆ? ਉਹ ਸਾਰੇ ਝੂਠ ਬੋਲਦਾ ਜੀ। ਸਦੀਕ ਸਾਹਿਬ ਨੇ ਇਹ ਕਿਹਾ ਸੀ ਕਿਸੇ ਸਿੰਗਰਾਂ ਨੂੰ ਵੀ ਇਹਨਾਂ ਨੂੰ ਤੁਸੀਂ ਇਕੱਠੇ ਕਰ ਦਿਓ, ਕਿਉਂ ਆਪਾਂ ਮੇਰੇ ਕੋਲ ਕੋਈ ਆ ਜਾਏ ਤਾਂ ਮੈਂ ਵੀ ਕਹੂੰਗੀ ਵੀ ਚੱਲ ਵਿਚਾਰੇ ਉਹ ਇਕੱਠੇ ਹੋ ਜਾਣ ਜੀ, ਹੈ ਨਾ ਜੀ, ਮੈਂ ਮਾੜਾ ਥੋੜ੍ਹੀ ਕਹੂੰਗੀ। ਸਦੀਕ ਸਾਹਿਬ ਨੇ ਕਹਿਤਾ ਵੀ ਤੁਸੀਂ ਭਾਈ ਉਹ ਜੋੜੀ ਨੂੰ ਇਕੱਠੇ ਕਰ ਦਿਓ, ਚੱਲ ਅਸੀਂ ਇਕੱਠੇ ਹੋ ਗਏ। ਅਤੇ ਇਕੱਠੇ ਹੋ ਗਏ ਅਤੇ ਇਹ ਭੱਜ ਕਿਵੇਂ ਜਾਂਦਾ, ਕਿਉਂ ਭੱਜ ਜਾਂਦਾ? ਹੁਣ ਪਿਛਲੇ ਵਾਰ ਰਿੰਟੂ ਲੱਛਾ ਬੱਧੀ ਆ ਜੀ, ਧੂਰੀ ਕੋਲ ਪਿੰਡ ਆ ਜੀ, ਉਹਨੇ ਸਾਨੂੰ ਇਕੱਠੇ ਕਰਤਾ ਸੀਗਾ, ਅਵਤਾਰ ਨੂੰ ਵੀ ਸਮਝਾਤਾ, ਚੱਲ ਮੈਨੂੰ ਵੀ ਸਮਝਾਤਾ, ਅਸੀਂ ਇਕੱਠੇ ਹੋ ਗਏ ਜੀ। ਮੈਂ ਆਖਿਆ ਵੀ ਅੱਧੀ ਉਮਰ ਤਾਂ ਮੇਰੀ ਲੰਘ ਗਈ, ਅੱਧੀ ਉਮਰ ਅਵਤਾਰ ਦੀ ਲੰਘ ਗਈ ਜੀ, ਅਤੇ ਬੱਚਿਆਂ ਦਾ ਸੋਚੀਏ ਆਪਾਂ ਜੀ। ਮੈਂ ਤਾਂ ਹੁਣ ਸੋਚ ਹੀ ਰਹੀ ਹਾਂ ਬੱਚਿਆਂ ਦਾ ਜੀ, ਜਦੋਂ ਉਹ ਕੋਈ ਵੀ ਆ ਜਾਂਦਾ ਤੁਸੀਂ ਕਹਿ ਦਿਓ ਮੈਨੂੰ ਆ ਕੇ ਮੈਡਮ ਤੁਸੀਂ ਅਵਤਾਰ ਨਾਲ ਗਾਣਾ ਕਰਾਓ, ਮੈਂ ਕਹਿੰਦੀ ਠੀਕ ਆ ਜੀ ਕਰਾ ਦਿੰਦੇ, ਵੀ ਨਾਲ ਪ੍ਰੋਗਰਾਮ ਲਾਓ, ਮੈਂ ਪ੍ਰੋਗਰਾਮ ਕਹਿ ਦਿਓ ਜੈਸ ਕਰ ਦਿੰਦੀ ਸੀ ਮੈਂ। ਅਤੇ ਇਹਨੇ ਕੀ ਕੀਤਾ, ਉਹਦੇ ਨਾਲ ਕੰਪਰੋਮਾਈਜ਼ ਕਰਕੇ ਰਿੰਟੂ ਲੱਛਾ ਬੱਧੀ ਨਾ ਉਹਦੇ ਪਰਿਵਾਰ ਨਾਲ, ਤੂੰ ਮੇਰਾ ਧਰਮ ਦਾ ਭਰਾ, ਤੂੰ ਮੇਰੇ ਧਰਮ ਦੀ ਭੈਣ ਆ, ਮੈਂ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗਾ, ਅਮਜੋਤ ਨੇ ਗਾਊਂਗਾ ਮੈਂ। ਚੱਲ ਉਹਨਾਂ ਨੇ ਇਕੱਠੇ ਕਰਤਾ ਸਾਨੂੰ, ਉਹਨੇ ਗਾਣਾ ਦਿੱਤਾ, ਉਹਦਾ ਗਾਣਾ ਮਾਪੇ ਛੱਡ ਕੇ ਜਾਣਾ ਨੇ ਸੋਹਣੇ ਹੋ ਜੂਗੀ ਬਦਨਾਮੀ ਜੀ, ਇਹ ਗਾਣਾ ਉਹਨੇ ਕਰਵਾਇਆ ਸੀ ਸਾਡੇ ਤੋਂ, ਅਤੇ ਉਹਨਾਂ ਨੇ ਵਿਚਾਰੇ ਨੇ ਬਹੁਤ ਹੈਲਪ ਕਰਾਈ। ਪਿਛਲੀ ਵੀਡੀਓ ਦੇ ਵਿੱਚ ਮੈਂ ਕਹਿ ਚੁੱਕੀ ਵੀ ਕਿੰਨੀ ਹੈਲਪ ਕਰਾਈ ਸੀ, ਅਤੇ
ਪਿਛਲੀ ਵੀਡੀਓ ਸਾਡੇ ਸਰੋਤਿਆਂ ਨੇ ਦੇਖ ਲਈ ਅਤੇ ਹੁਣ ਵੀ ਮੈਂ ਉਹ ਚੀਜ਼ ਨੂੰ ਕੱਟ ਕਰ ਰਹੀ ਹਾਂ। ਅਤੇ ਉਹਨਾਂ ਨੇ ਬਹੁਤ ਹੀ ਸਾਡੀ ਹੈਲਪ ਕਰਾਈ, ਚੱਲ ਇਕੱਠੇ ਕਰਤਾ ਸਾਨੂੰ 6-7 ਪ੍ਰੋਗਰਾਮ ਬੁੱਕ ਹੋ ਗਏ ਜੀ, ਸਾਨੂੰ 2 ਦਾ ਪ੍ਰੋਗਰਾਮ ਬੁੱਕ ਹੋ ਗਿਆ ਅਤੇ 50,000 ਰੁਪਏ ਸਾਨੂੰ ਨਾਮ ਹੋ ਗਿਆ, ਠੀਕ ਆ। ਅਤੇ ਪੇਮੈਂਟ ਨਹੀਂ ਦਿੱਤੀ ਸੀ ਉਹਨਾਂ ਨੇ, ਸਿਰਫ ਉਹਨਾਂ ਨੇ ਮਤਲਬ ਕਿ ਇਨਾਮਾਂ 'ਤੇ ਸਾਨੂੰ ਲੈ ਕੇ ਗਏ ਸੀ। ਜਦੋਂ 50,000 ਰੁਪਈਆ ਸਾਨੂੰ ਨਾਮ ਹੋ ਗਿਆ, ਸਾਨੂੰ ਕੀ ਚਾਹੀਦਾ? ਸਾਨੂੰ ਅੱਧੇ 'ਤੇ ਵੰਡ ਕੇ ਰਿੰਟੂ ਲੱਛਾਬੱਧੀ ਨੇ ਦੇ ਤੇ। ਮੈਂ ਉਹਨੂੰ ਕਿਹਾ ਸੀ ਵੀ ਮਾਈ, ਨਾ ਮੈਂ ਆਪਣੇ ਕੋਲ ਪੈਸੇ ਰੱਖਾਂ, ਨਾ ਅਵਤਾਰ ਰੱਖੇ ਆਪਣੇ ਕੋਲ, ਤੇਰੇ ਕੋਲ ਪੈਸੇ ਹੋਣਗੇ, ਤੂੰ ਸਾਜੀਆਂ ਨੂੰ ਵੰਡਣੇ, ਤੂੰ ਗੱਡੀ ਵਾਲੇ ਨੂੰ ਦੇਣੇ, ਤੂੰ ਹੀ ਸਾਨੂੰ ਵੰਡ ਕੇ ਦੇਣੇ। ਇਹ 'ਚ ਤਾਂ ਕੋਈ ਹੇਰਾ ਫੇਰੀ ਨਹੀਂ ਹੈਗੀ। ਚੱਲ ਉਹਨੇ ਉਵੇਂ ਕੀਤਾ, ਅਤੇ ਇਹਨੇ ਕੀ ਕੀਤਾ, ਅਤੇ ਜਿਹੜੇ ਮੇਰੇ ਪ੍ਰੋਗਰਾਮ ਬੁੱਕ ਸੀ 5-6 ਹੋਰ, ਇੱਕ ਪ੍ਰੋਗਰਾਮ ਤਾਂ ਮੇਰੇ ਨਾਲ ਲਾ ਲਿਆ, ਜਿਹੜੇ 5-6 ਪ੍ਰੋਗਰਾਮ ਸੀਗੇ ਉਹ ਬੰਦਾ ਨੇ ਮੇਰੀ ਟੈਚੀ ਦੇ ਪੈਕ ਕੀਤੇ, ਸਾਰਾ ਸਮਾਨ ਮੇਰੀ ਵਰਦੀਆਂ ਵਰਦੀਆਂ ਜੋ ਵੀ ਮੈਟਰ ਸੀ ਮੇਰੇ ਕੋਲ, ਅਤੇ ਉਹਨੇ ਤਾਂ ਉਵੇਂ ਛੱਡਤਾ ਮੇਰਾ ਜੀ, ਅਤੇ ਤਾਂ ਚੱਕ ਕੇ ਹੋਰ ਕੁੜੀ ਨੂੰ ਲੈ ਗਿਆ ਉੱਥੇ ਜੀ। ਸ਼ਾਜਲੀ ਪ੍ਰੋਗਰਾਮ ਲੱਗਿਆ ਮੇਰੇ ਨਾਂ 'ਤੇ, ਪ੍ਰੋਗਰਾਮ ਬੁੱਕ ਹੋਇਆ ਜੀ। ਉਹਨਾਂ ਨੂੰ ਕਹਿੰਦਾ ਉਹ ਤਾਂ ਬਿਮਾਰ ਆ, ਅਤੇ ਹੋਰ ਜਿਹੜੇ ਪ੍ਰੋਗਰਾਮ ਬੁੱਕ ਹੋਏ ਸੀ ਉਹ ਤਾਂ ਪੈਸੇ ਵੱਧ ਮੰਗਦੀ ਆ, ਕਿਸੇ ਨੂੰ ਕਹਿੰਦੇ ਉਹ ਤਾਂ ਬਾਹਰਲੇ ਦੇਸ਼ ਬਾਗੀ, ਇਹ ਸਾਰੇ ਗੱਪ ਮਾਰਦਾ ਰਹਿੰਦਾ। ਮੈਂ ਤਾਂ ਸਰੋਤੇ ਨੂੰ ਇਹ ਕਹਿੰਦੀ ਹਾਂ ਵੀ ਤੁਸੀਂ ਇਹਨੂੰ ਪ੍ਰੋਗਰਾਮ ਕੋਈ ਨਾ ਮੇਰੇ ਨਾਂ 'ਤੇ ਬੁੱਕ ਕਰੋ, ਇਹ ਝੂਠ ਬੋਲਦਾ ਬੰਦਾ, ਫਰਾਡੀ ਬੰਦਾ ਇਹ, ਮੈਂ ਇਹ ਕੱਟਿਆ, ਮੈਨੂੰ ਪਤਾ ਨਾ, ਮੈਂ ਇਹਦੇ ਨਾਲ ਕੱਟਿਆ ਹੋਇਆ। ਅਮਨਜੋਤ ਜੀ, ਆਪਾਂ ਪ੍ਰੋਗਰਾਮਾਂ ਦੀ ਗੱਲ ਕੀਤੀ ਹੈ, ਤੁਹਾਡੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸੀ, ਹੁਣ ਆਪਾਂ ਤੁਹਾਡੀ ਗਾਇਕੀ ਵੱਲ ਆਉਂਦੇ ਹਾਂ। ਜੋ ਹੁਣ ਤੱਕ ਗਾਇਆ, ਜਿੰਨਾ ਵੀ ਤੁਸੀਂ ਗਾਇਆ ਹੈ ਨਾ ਜੀ, ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਗੀਤਾਂ ਦੇ ਜਵਾਬ ਦੇ ਹੋ ਸਰੋਤਿਆਂ ਨੂੰ? ਕਿਉਂਕਿ ਕੁਛ ਕੁ ਗੀਤ, ਜ਼ਿਆਦਾਤਰ ਗੀਤ ਇੱਦਾਂ ਦੇ ਨੇ ਜਿਨ੍ਹਾਂ 'ਤੇ ਕਿੰਤੂ ਪ੍ਰੰਤੂ ਉੱਠਦਾ, ਕਿੰਤੂ ਪ੍ਰੰਤੂ ਉਠਾਉਂਦੀ ਆ, ਭਾਵੇਂ ਅੱਜ ਕੱਲ੍ਹ ਦੀ ਪੀੜ੍ਹੀ ਹੋਵੇ ਜਾਂ ਪੁਰਾਣੀ ਪੀੜ੍ਹੀ ਹੋਵੇ, ਕਿੰਤੂ ਪ੍ਰੰਤੂ ਉਠਾਉਂਦੇ ਆ, ਤੁਹਾਨੂੰ ਲੱਗਦਾ ਜਵਾਬ ਦਿਓ ਤੁਸੀਂ? ਨਹੀਂ, ਮੈਂ ਤਾਂ ਸਰੋਤਿਆਂ ਨੂੰ ਕੀ ਜਵਾਬ ਦੇ ਸਕਦੀ ਹਾਂ, ਕਿਸੇ ਨੂੰ ਵੀ ਜਵਾਬ ਨਹੀਂ ਦੇ ਸਕਦੀ। ਸਾਨੂੰ ਲਿਖਾਰੀ ਗੀਤ ਦੇ ਦਿੰਦਾ, ਸਾਨੂੰ ਕੰਪਨੀ ਵਾਲੇ ਕਹਿ ਦਿੰਦੇ ਸੀ ਵੀ ਆਹ ਗੀਤ ਗਾ ਦਿਓ, ਚਲੋ ਅਸੀਂ ਗਾ ਦਿੰਦੇ ਸੀਗੇ। ਨਹੀਂ, ਕਿਤੇ ਨਾ ਕਿਤੇ ਹੈ ਨਾ, ਆਪਾਂ ਦੇਖਦੇ ਆਪਣਾ ਵੀ ਮਨ ਹੁੰਦਾ, ਆਪਾਂ ਇੱਕ ਕਹਿ ਦਿੰਦੇ ਹਾਂ, ਇੱਕ ਕੰਮ ਹੁੰਦਾ ਕੋਈ ਜ਼ਮੀਰ ਮਾਰ ਕੇ ਕੀਤਾ ਜਾਂਦਾ, ਕੋਈ ਜ਼ਮੀਰ ਨਾਲ ਕੀਤਾ ਜਾਂਦਾ, ਹੈ ਨਾ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਗਲਤ ਇਫੈਕਟ ਕਰਦੇ ਨੇ ਉਹ ਗੀਤ? ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜੋ ਸੁਣਦੇ ਹੋ ਤਾਂ ਕਿਤੇ ਮਨ ਦੇ ਵਿੱਚ ਉਦਾਸੀ ਆਉਂਦੀ ਆ ਕਿ ਸ਼ਾਇਦ ਇਹ ਕੰਮ ਨਾ ਕਰਦੇ, ਗੀਤ ਨਾ ਗਾਉਂਦੇ? ਨਹੀਂ, ਹਾਂ ਇਹ ਗੱਲ ਤੁਹਾਡੀ ਸਹੀ ਹੈਗੀ। ਚੱਲ ਕੋਈ ਇੱਦਾਂ ਦਾ ਕੋਈ ਗੀਤ ਗਾਇਆ ਗਿਆ, ਸ਼ਬਦ ਕੋਈ ਇਹੋ ਜਿਹਾ ਕਿਹਾ ਗਿਆ, ਅਸੀਂ ਮਾਫ਼ੀ ਮੰਗਦੇ ਹਾਂ ਕਿ ਸਾਡੇ ਵੀ ਪਰਿਵਾਰ ਆ, ਬੱਚਿਆਂ ਵਾਲੇ ਆਪਾਂ ਵੀ, ਚੱਲ ਉਸ ਟਾਈਮ ਸਾਨੂੰ ਅਸੀਂ ਸਾਨੂੰ ਚਾਹੀਦਾ ਸੀਗਾ, ਜਾਂ ਉਸ ਟਾਈਮ ਪੈਸੇ ਦੀ ਚਮਕ ਦਮਕ ਨੇ ਜਿਹੜਾ? ਨਹੀਂ ਨਹੀਂ, ਪੈਸੇ ਦੀ ਨਹੀਂ, ਸਾਨੂੰ ਤਾਂ ਐਂ ਸਰੋਤਿਆਂ ਦੀ ਨਸ਼ਾ ਚੜਿਆ ਰਹਿੰਦਾ ਸੀਗਾ ਵੀ ਸਾਨੂੰ ਇੰਨੇ ਲੋਕ ਪਿਆਰ ਕਰਦੇ ਹੈਗੇ, ਜਿਵੇਂ ਗਾਣਾ ਆ ਗਿਆ ਸਾਨੂੰ ਅਤੇ ਪਬਲਿਕ ਚਾਹੁੰਦੀ ਸੀ ਵੀ ਇਹੋ ਜਿਹੇ ਗੀਤ ਗਾਓ, ਅਤੇ ਸਾਡੇ ਕੰਪਨੀ ਵਾਲੇ ਵੀ ਜਿਵੇਂ ਕਿ ਅਸੀਂ ਗਾ ਦਿੰਦੇ ਸੀ, ਕੋਈ ਪੈਸੇ ਨਾਲ ਨਹੀਂ ਅਸੀਂ ਗਾਇਆ ਹੈਗਾ ਵੀ। ਮਤਲਬ ਤੁਹਾਡੀ ਹਰ ਟੇਪ ਦੇ ਵਿੱਚ ਇੱਦਾਂ ਦੇ 2 ਗੀਤ ਹੁੰਦੇ ਸੀ, 1-2 ਗੀਤ ਰੱਖਦੇ ਹੁੰਦੇ ਸੀ ਜ਼ਰੂਰ? ਹਾਂਜੀ, ਪਰ ਉੱਧਰ ਧਿਆਨ ਨਹੀਂ ਸੀਗਾ, ਬਸ ਮੈਂ ਮਾਫ਼ੀ ਮੰਗਦੀ ਹਾਂ ਸਰੋਤਿਆਂ। ਉਦੋਂ ਕਦੇ ਫਿਰ ਇਹ ਮੈਂ ਦਿਮਾਗ 'ਚ ਨਹੀਂ ਆਇਆ ਸੋਚਿਆ ਕਿ ਜਦੋਂ ਉਸ ਉਮਰ ਦੇ ਵਿੱਚ ਆਪਣੇ ਬੱਚਿਆਂ ਨਾਲ ਬੈਠ ਕੇ ਪਰਿਵਾਰ ਦੇ ਵਿੱਚ ਇਹ ਗੀਤ ਸੁਣ ਸਕਦੇ ਹਾਂ ਆਪਾਂ? ਨਹੀਂ, ਉਹ ਲੋਕ ਸੁਣਦੇ ਸੀ, ਹੁਣ ਸਾਡਾ ਕੀ ਕਸੂਰ ਹੈ ਇਸ ਗੱਲ 'ਚ? ਲੋਕ ਸੁਣਦੇ ਸੀ ਜਦੋਂ ਅਸੀਂ ਪ੍ਰੋਗਰਾਮ ਲਾਉਂਦੇ ਸੀ, ਕਹਿੰਦੇ ਸੀ ਐਂ ਗਾਓ ਤੁਸੀਂ, ਐਂ ਗਾਓ ਜੀ, ਅਤੇ ਉੱਥੇ ਫਿਰ ਸਾਨੂੰ ਗਾਉਣਾ ਪੈਂਦਾ ਸੀਗਾ।
ਸਾਨੂੰ ਵੀ ਮਹਿਸੂਸ ਹੁੰਦਾ ਸੀ ਵੀ ਅਸੀਂ ਇਹ ਨਾ ਗਾਈਏ, ਪਰ ਐਡੇ ਵੀ ਅਸੀਂ ਨਹੀਂ ਗਾਏ ਜਿਹੜੇ ਕਿ ਕਿੰਤੂ ਪਰੰਤੂ ਹੋਵੇ, ਐਡੇ ਵੀ ਨਹੀਂ ਗਾਏ। ਜੇ ਆਪਾਂ ਸੁਣਨ ਦੇ ਵਿੱਚ ਦੇਖੀਏ, ਕਿਉਂਕਿ 88 ਦੇ ਵਿੱਚ ਚਮਕੀਲਾ ਸਾਹਿਬ ਦੀ ਜਦੋਂ ਡੈਥ ਹੁੰਦੀ ਆ, ਹੈ ਨਾ, ਤਾਂ ਉਹ ਲੋਕ ਕਹਿੰਦੇ ਨੇ ਕਿ 2-3 ਗੀਤ ਚਮਕੀਲਾ ਸਾਹਿਬ ਨੂੰ ਜਿਹੜਾ ਆ ਇਸ ਹੱਦ ਤੱਕ ਲੈ ਆਏ, ਹੈ ਨਾ, ਕਿ ਚਲੋ ਜੋ ਵੀ ਸਟੈਪ ਜਿਵੇਂ ਵੀ ਕਿਸੇ ਨੇ ਚੱਕਿਆ, ਹੈ ਨਾ ਜੀ, ਤਾਂ ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਨਹੀਂ ਰਹਿੰਦਾ ਸੀ? ਗੱਲ ਸੁਣੋ ਜੀ, ਚਮਕੀਲਾ ਸਾਹਿਬ ਨੇ ਸੱਭਿਆਚਾਰ ਗੀਤ ਗਾਏ ਨੇ, ਮੰਨਦੇ ਆ ਜੀ, ਬਹੁਤ ਗਾਇਆ ਜੀ, ਜੋ ਕੁਝ ਆਪਣੇ ਵਾਪਰਦਾ ਜੀ ਜੀ ਉਹ ਗਾਇਆ ਗਾ, ਪਰ ਜਿਹੜਿਆਂ ਨੇ ਇੰਨਾ ਗੰਦ ਗਾਇਆ ਤੇ ਉਹਨਾਂ ਨੂੰ ਕਿਉਂ ਨਹੀਂ ਫੜਿਆ, ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲੀ? ਇਹ ਕੋਈ ਆਪਾਂ ਨਹੀਂ ਕਹਿ ਸਕਦੇ ਵੀ ਕਿਉਂ ਉਹਨਾਂ ਨਾਲ ਘਟਨਾ ਵਾਪਰੇਗੀ। ਬਿਲਕੁਲ ਜੀ, ਆਪਾਂ ਨੂੰ ਨੌਲੇਜ ਨਹੀਂ ਇੰਨੀ, ਆਪਾਂ ਨਹੀਂ, ਜੇ ਨੌਲੇਜ ਹੁੰਦੀ ਤਾਂ ਮੈਂ ਸਾਰੇ ਬੋਲ ਸਕਦੀ ਸੀ, ਪਰ ਨਹੀਂ, ਮੈਂ ਨਹੀਂ ਕਹਿ ਸਕਦੀ ਇਹ ਗੱਲਾਂ। ਚਮਕੀਲਾ ਸਾਹਿਬ ਤੁਸੀਂ 3 ਸਾਲ ਰਹੇ ਹੋ, ਇਨਸਾਨ ਕਿੱਦਾਂ ਦੇ ਸੀ? ਇਨਸਾਨ ਤਾਂ ਬਹੁਤ ਵਧੀਆ ਸੀ ਜੀ, ਆਪਣੇ ਉਸਤਾਦ ਜੀ ਸੀ ਸਾਡੇ, ਅਤੇ ਨਿੱਘੇ ਸੁਭਾਅ ਦੇ ਸੀ, ਸਾਡੇ ਸਾਹਮਣੇ ਤਾਂ ਨਿੱਘੇ ਸੁਭਾਅ ਦੇ ਸੀ, ਹੁਣ ਸਾਨੂੰ ਨਹੀਂ ਪਤਾ ਕੋਈ ਗੱਲ, ਆਪਾਂ ਜਦੋਂ ਕਿਸੇ ਨੂੰ ਮਿਲ ਗਏ, ਹੁਣ ਤੁਸੀਂ ਮੇਰੇ ਕੋਲ ਆਏ ਹੋ, ਤੁਹਾਨੂੰ ਮੇਰੇ ਮਾਇੰਡ ਵਧੀਆ ਲੱਗਿਆ ਜਾਂ ਕਿਵੇਂ? ਅਸੀਂ ਆਉਂਦੇ ਜਾਂਦੇ ਅਕਸਰ ਦਿਨ ਰਾਤ ਆਉਂਦੇ ਜਾਂਦੇ ਰਹਿੰਦੇ ਸੀ ਉਹਨਾਂ ਕੋਲ, ਮੇਰਾ ਬੇਟਾ ਉਦੋਂ 19 ਮਹੀਨਿਆਂ ਦਾ ਸੀਗਾ, ਅਤੇ ਉਹਨੂੰ ਵੀ ਲੈ ਕੇ ਆਇਆ ਉਸਤਾਦ ਜੀ ਅਮਰਜੋਤ ਜੀ ਨੇ, ਉਹ ਗੋਦੀ ਚੱਕਦੀ ਹੁੰਦੀ ਸੀ ਬੇਟੇ ਨੂੰ ਮੇਰੇ ਨੂੰ, ਅਤੇ ਪਿਆਰ ਦਿੰਦੀ, ਉਦੋਂ ਕੋਕਾ ਕੋਲਾ ਦਾ ਬਹੁਤ ਮਸ਼ਹੂਰ ਸੀ ਕੋਕਾ ਕੋਲਾ, ਹਾਂ, ਸਾਨੂੰ ਗਿਆਨ ਨੂੰ ਪਿਆਰ ਦਿੰਦੇ, ਕੋਕਾ ਕੋਲਾ ਦੇ ਦਿੰਦੇ, ਕੱਚ ਦੀਆਂ ਬੋਤਲਾਂ ਦੇ ਵਿੱਚ ਕੋਕਾ ਕੋਲਾ ਹੋਇਆ, ਹਾਂਜੀ ਜੀ ਜੀ, ਅਤੇ ਚੱਲ ਬਹੁਤ ਹੀ ਪਿਆਰ ਕਰ ਰਿਹਾ ਸਾਨੂੰ, ਉਹ ਤਾਂ ਬੇਟਾ ਤਾਂ ਮੇਰਾ ਬਹੁਤ ਛੋਟਾ ਸੀਗਾ, ਉਹਨਾਂ ਨੇ ਗੋਦ ਦੇ ਵਿੱਚ ਲਿਆ ਸਾਨੂੰ, ਇੰਨੀ ਖੁਸ਼ੀ ਹੈ ਇਹ ਗੱਲ ਦੀ, ਅਤੇ ਦੋਨਾਂ ਦਾ ਬਹੁਤ ਠੰਡਾ ਸੁਭਾਅ ਸੀ, ਪਿਆਰ ਨਾਲ ਬੁਲਾਉਂਦੇ ਸੀਗੇ, ਅਤੇ ਉਸਤਾਦ ਜੀ ਵੀ ਚਮਕੀਲਾ ਸਾਹਿਬ ਜੀ ਬਹੁਤ ਹੀ ਨਿੱਘੇ ਸੁਭਾਅ ਦੇ ਸੀਗੇ, ਅਤੇ ਅਮਰਜੋਤ ਜੀ ਵੀ ਸਾਡੇ ਮੇਰੀ ਮਾਤਾ ਜੀ ਹੈ ਉਹ ਜੀ ਜੀ, ਜਿਨ੍ਹਾਂ ਨੂੰ ਮੈਂ ਸੁਣ ਸੁਣ ਕੇ ਮੇਰੇ ਅੰਦਰ ਅੱਗ ਉੱਠੀ ਗਾਉਣ ਦੀ ਜੀ ਜੀ, ਬਾਕੀ ਦਾ ਸਾਡੇ ਖਾਨਦਾਨੀ ਗਾਇਕੀ ਹੈ ਜੀ, ਮੇਰੇ ਪਰਿਵਾਰ ਦੇ ਵਿੱਚ ਮੇਰੇ ਮਾਸਣ, ਮੇਰੇ ਚਾਚੇ ਸਾਰੇ ਗਾਉਂਦੇ ਆ, ਅੱਜ ਸਾਰੇ ਸਾਡੇ ਪਰਿਵਾਰ ਦੇ ਵਿੱਚ ਨਿੱਕੇ ਬੱਚੇ ਵੀ ਸਿੰਗਰ ਨੇ ਸਾਡੇ, ਹਾਂਜੀ। ਤੁਸੀਂ ਖਾਨਦਾਨੀ ਗਾਇਕੀ ਦੀ ਗੱਲ ਕੀਤੀ ਆ, ਪਰ ਤੁਸੀਂ ਪਿਛਲੀ ਮੁਲਾਕਾਤ ਦੇ ਵਿੱਚ ਇਹ ਸ਼ਬਦ ਕਹੇ ਸੀ ਕਿ ਮੈਨੂੰ ਹੁਣ ਡਰ ਲੱਗਦਾ ਗਾਇਕੀ ਤੋਂ, ਹਾਂ, ਮੈਂ ਇੱਥੇ ਇੱਕ ਚੀਜ਼ ਪੁੱਛਣਾ ਚਾਹੂੰਗਾ ਕਿ ਸੰਗੀਤ ਨੇ, ਗਾਇਕੀ ਨੇ ਤੁਹਾਨੂੰ ਬਹੁਤ ਕੁਛ ਦਿੱਤਾ, ਅਰਸ਼ ਤੋਂ ਫਰਸ਼ ਤੱਕ ਪਹੁੰਚਾਇਆ, ਤੁਸੀਂ ਦੱਸਿਆ ਕਿ ਜਿੱਦਾਂ ਦੇ ਸਾਡੇ ਹਾਲਾਤ ਸੀ ਉਸ ਤੋਂ ਬਾਅਦ ਤੁਸੀਂ ਸਰੋਤਿਆਂ ਦੇ ਦਿਲਾਂ 'ਤੇ ਤੁਸੀਂ ਰਾਜ ਕੀਤਾ, ਹਾਂਜੀ, ਫਿਰ ਗਾਇਕੀ ਤੋਂ ਮਣ ਕੇ ਉੱਠੋ ਵੀ ਗਾਇਕੀ ਨੇ ਤਾਂ ਬਹੁਤ ਕੁਛ ਦਿੱਤਾ? ਨਹੀਂ, ਡਰ ਮੈਨੂੰ ਗਾਇਕੀ ਤੋਂ ਨਹੀਂ, ਮੈਨੂੰ ਗਾਇਕੀ ਤੋਂ ਐਂ ਡਰ ਲੱਗਦਾ ਵੀ ਪਹਿਲਾਂ ਅਸੀਂ ਇੰਨੀ ਮਿਹਨਤ ਕੀਤੀ, ਸੰਘਰਸ਼ ਕੀਤਾ, ਇੰਨਾ ਸੰਘਰਸ਼ ਕੀਤਾ ਕਿ ਦੱਸ ਨਹੀਂ ਸਕਦੀ ਮੈਂ, ਠੀਕ ਹੈ ਜੀ, ਮੇਰੇ ਬੱਚਿਆਂ ਨੇ ਵੀ, ਮੇਰੀ ਬੇਟੀ ਨੇ, ਮੇਰੇ ਬੇਟੇ ਨੇ ਵੀ ਨਾਲ ਗਰੀਬੀ ਕੱਟੀ ਹੈ, ਸਾਡੇ 2 ਬੱਚਿਆਂ ਨੇ ਨਾਲ ਗਰੀਬੀ ਕੱਟੀ ਹੈ, 2 ਨੇ ਸਾਡੇ ਨਾਲ ਵਧੀਆ ਸ਼ਾਹ ਦੇ ਵਿੱਚ ਰਹੇ ਨੇ ਜੀ, ਅਤੇ ਡਰ ਇਹ ਲੱਗਦਾ ਵੀ ਇੰਨੀ ਮਿਹਨਤ ਕਰਕੇ, ਰਿਸ਼ਤੇਦਾਰਾਂ ਨੂੰ ਗੁੱਸੇ ਕਰਕੇ, ਮੇਰਾ ਸਹੁਰਾ ਪਰਿਵਾਰ, ਮੇਰੇ ਨਾਨਕੇ ਪਰਿਵਾਰ, ਮੇਰਾ ਪੇਕਾ ਪਰਿਵਾਰ ਸਾਰੇ ਗੁੱਸੇ ਹੋ ਗਏ ਸੀ ਵੀ ਸਾਡੀ ਕੁੜੀ ਗਾਵੇ ਨਾ, ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਤੈਨੂੰ ਘਰ ਬੈਠੀ ਨੂੰ ਮਿਲੂਗੀ, ਗਾਉਣਾ ਨਹੀਂ, ਪਰ ਮੇਰੀ ਮੰਮੀ
ਅਤੇ ਅਵਤਾਰ ਨੂੰ ਵੀ ਸ਼ੌਂਕ ਸੀ ਗਾਉਣ ਦਾ, ਮੈਨੂੰ ਵੀ ਸ਼ੌਂਕ ਸੀ ਗਾਉਣ ਦਾ। ਮੇਰੀ ਮਾਤਾ ਜੀ ਮੇਰੇ ਨਾਲ ਰਹੀ ਆ, ਉਹਨੇ ਕਿਹਾ ਵੀ ਤੂੰ ਬੇਟਾ ਅਵਤਾਰ ਨੂੰ ਕਿਹਾ ਬੇਟਾ ਤੇਰੇ ਨਾਲ ਤੇਰੇ ਲੜ ਲਾ ਤੀ ਮੈਂ ਆਪਣੀ ਕੁੜੀ, ਠੀਕ ਆ, ਤੁਸੀਂ ਗਾ ਕੇ ਕਮਾਓ ਜਾਂ ਤੁਸੀਂ ਕੰਮ ਕਰਕੇ ਕਮਾਓ, ਤੁਸੀਂ ਆਪਣਾ ਭਵਿੱਖ ਬਣਾਉਣਾ ਆਪਦਾ। ਅਤੇ ਇੰਨੀ ਮਿਹਨਤ ਕੀਤੀ ਅਤੇ ਅੱਜ ਗਰੀਬੀ ਤੋਂ ਅਰਸ਼ਾਂ 'ਤੇ ਆ ਕੇ, ਅਰਸ਼ਾਂ ਤੋਂ ਫਿਰ ਗਰੀਬੀ 'ਤੇ ਆ ਕੇ, ਅਤੇ ਨਫ਼ਰਤ ਤਾਂ ਪਊਗੀ ਫਿਰ। ਅਰਸ਼ਾਂ 'ਤੇ ਪਹੁੰਚੇ, ਅਰਸ਼ਾਂ ਤੋਂ ਬਾਅਦ ਫਿਰ ਫਰਸ਼ਾਂ 'ਤੇ ਆਏ, ਕਿੱਥੇ ਕਮੀ ਕਿੱਥੇ ਮੰਨਦੇ ਹੋ, ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਸ ਚੀਜ਼ ਦਾ? ਜ਼ਿੰਮੇਵਾਰ ਦੇਖੋ ਜੀ, ਰੱਬ ਨੂੰ ਤਾਂ ਨਹੀਂ ਮੈਂ ਮੰਨਦੀ। ਰੱਬ ਨੇ ਤਾਂ ਦੇਖੋ ਦਿਮਾਗ ਦੇ ਤਾ, ਹੱਥ ਦੇ ਤੇ, ਪੈਰ ਦੇ ਤੇ, ਅੱਖਾਂ ਦਿੱਤੀਆਂ, ਕੰਨ ਸੁਣਨ ਨੂੰ ਦੇ ਤੇ, ਸਭ ਕੁਛ ਦੇ ਤਾ ਆਪਾਂ ਨੂੰ। ਪਰ ਬੁੱਧ ਵੀ ਦਿੱਤੇ ਰੱਬ ਨੇ, ਬੁੱਧ ਦਿੱਤੇ ਆ ਇਨਸਾਨ ਨੂੰ ਵੀ ਤੂੰ ਕਿਵੇਂ ਚੱਲਣਾ, ਕੀ ਖਾਣਾ ਕੀ ਪੀਣਾ। ਪਸ਼ੂ ਪੰਛੀਆਂ ਨੂੰ ਕੋਈ ਬੁੱਧ ਨਹੀਂ ਦਿੱਤੀ, ਸਿਰਫ ਇਨਸਾਨ ਨੂੰ ਬੁੱਧ ਦਿੱਤੀ ਹੋਈ ਹੈ ਰੱਬ ਨੇ। ਆਪਾਂ ਸੱਤ ਪਕਵਾਨੀਆਂ ਚੀਜ਼ਾਂ ਖਾਂਦੇ ਹਾਂ ਪਕਾ ਪਕਾ ਕੇ ਆਪ, ਅਤੇ ਪਸ਼ੂ ਪੰਛੀਆਂ ਜਿਵੇਂ ਮਰਜ਼ੀ ਸਿੱਟ ਦਿਓ ਚਾਰ, ਵਿਚਾਰੇ ਉਹ ਵੀ ਖਾ ਲੈਂਦੇ ਨੇ, ਉਹਨਾਂ ਨੂੰ ਉਹ ਬੁੱਧ ਨਹੀਂ ਦਿੱਤੀ ਹੋਈ, ਹਾਲਾਂਕਿ ਇਨਸਾਨ ਦਿੱਤੀ ਆ। ਅਤੇ ਜਦੋਂ ਆਪਾਂ ਬੁੱਧ ਨੂੰ ਆਪਣੀ ਨੂੰ ਵਿਗਾੜ ਲਾਂਗੇ, ਪੁੱਠੇ ਪਾਸੇ ਚੱਲਾਂਗੇ, ਤਾਂ ਫਿਰ ਆਹ ਦਿਨ ਤਾਂ ਆਉਣੀ ਆ। ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਜ਼ਿੰਮੇਵਾਰ ਮੈਂ ਕਿਸੇ ਨੂੰ ਨਹੀਂ ਮੰਨਦੀ, ਮੈਂ ਤਾਂ ਅਵਤਾਰ ਚਮਕ ਨੂੰ ਮੰਨਦੀ ਹਾਂ ਜ਼ਿੰਮੇਵਾਰ, ਜਿਹੜਾ ਆਪਣੀ ਕਬੀਲਦਾਰੀ 'ਚੋਂ ਭੱਜਿਆ, ਠੀਕ ਆ। ਜੇ ਉਹਨੇ ਕਬੀਲਦਾਰੀ ਤੋਂ ਭੱਜਣਾ ਸੀ, ਉਹਨੂੰ ਵਿਆਹ ਕਿਉਂ ਕਰਾਇਆ, ਉਹਨੇ ਬੱਚੇ ਕਿਉਂ ਜੰਮੇ, ਨਾ ਇੱਥੋਂ ਤੱਕ ਪਹੁੰਚਦਾ। ਜੇ ਐਸ਼ਾਂ ਹੀ ਕਰਨੀਆਂ ਸੀ, ਉਹਨੇ ਕਾਹਤੋਂ ਇਹ ਪੰਗਾ ਕਿਉਂ ਲਿਆ ਵਿਆਹ ਦਾ, ਨਾ ਵਿਆਹ ਕਰਾਉਂਦਾ। ਉਹਦੇ ਕੀ ਤਲਵਾਰ ਰੱਖੀ ਸੀ ਕਿਸੇ ਨੇ ਵੀ ਤੂੰ ਵਿਆਹ ਕਰਾ? ਨਾਲੇ ਤਾਂ ਮੇਰੇ ਬੱਚਿਆਂ ਨੂੰ ਉਹਨੇ ਰੋਡ 'ਤੇ ਲਿਆਤਾ, ਨਾਲੇ ਮੈਨੂੰ ਲਿਆਤਾ। ਮੈਂ ਅੱਜ ਪਤਾ ਕਿੰਨਾ ਭੁਗਤ ਰਹੀ ਹਾਂ। ਜਦੋਂ ਗਰੀਬੀ ਤੋਂ ਅਮੀਰੀ 'ਤੇ ਆ ਜਾਏ, ਅਮੀਰੀ ਤੋਂ ਗਰੀਬੀ 'ਤੇ ਆ ਜਾਏ ਨਾ, ਬਹੁਤ ਚੱਲਣਾ ਔਖਾ ਹੋ ਜਾਂਦਾ। ਉਹ ਦਿਲ ਨੂੰ ਪਤਾ ਮੇਰੇ ਨੂੰ ਮੈਂ ਜੀ ਜੀ ਅਮਨਜੋਤ ਜੀ, ਤੁਸੀਂ 92-93 ਦੀ ਜਿਹੜੀ ਕਲਾਕਾਰੀ ਉਹਦੇ ਦੌਰ ਦੇ ਵਿੱਚੋਂ ਵੀ ਲੰਘੇ ਹੋ, ਅੱਜ ਦੀ ਕਲਾਕਾਰੀ ਦੇਖਦੇ ਹੋ, ਅੱਜ ਕੱਲ੍ਹ ਦੀ ਕਲਾਕਾਰੀ ਨੂੰ ਦੇਖਦੇ ਹੋ? ਕਿਵੇਂ ਜੀ? ਅੱਜ ਕੱਲ੍ਹ ਦੀ ਜਿਹੜੀ ਕਲਾਕਾਰੀ ਚੱਲ ਰਹੀ ਆ, ਸੰਗੀਤ ਜਿਹੜਾ ਚੱਲ ਰਿਹਾ, ਉਹਨੂੰ ਦੇਖਦੇ ਹੋ? ਮਤਲਬ ਅੰਤਰ ਮੈਂ ਪੁੱਛੂੰਗਾ, ਕਿੰਨਾ ਕਮਾਉਂਦੇ ਹੋ, ਡਿਫਰੈਂਸ ਕਿੰਨਾ ਕਮਾਉਂਦੇ ਹੋ ਉਸ ਟਾਈਮ ਦੇ ਵਿੱਚ ਅਤੇ ਅੱਜ ਦੀ ਕਲਾਕਾਰੀ ਦੇ ਵਿੱਚ? ਕਿੰਨਾ ਕੁ ਡਿਫਰੈਂਸ ਆ, ਕੀ ਚੇਂਜਸ ਆਈਆਂ, ਕੀ ਅੰਤਰ? ਐਂ ਆ ਜੀ, ਹੁਣ ਅੱਜ ਕੱਲ੍ਹ ਦੇ ਬੱਚੇ ਆ ਜਿਹੜੇ ਆਪਣੇ ਦਿਮਾਗ ਨਾਲ ਜਾਂ ਗੀਤਕਾਰ ਨੇ ਉੱਦਾਂ ਦੇ ਲਿਖੇ ਆ, ਅੱਜ ਕੱਲ੍ਹ ਬੱਚੇ ਆ ਸਾਡੇ ਤੋਂ, ਬੱਚੇ ਆ ਜਿਹੜੇ ਗਾ ਰਹੇ ਨੇ ਅੱਜ ਕੱਲ੍ਹ ਦੀ ਗਾਇਕੀ, ਹੈ ਨਾ। ਅਤੇ ਸਾਡੇ ਯਮਲਾ ਸਾਹਿਬ ਜੀ, ਉਹਨਾਂ ਦੀ ਹੋਰ ਗਾਇਕੀ ਸੀ, ਸਦੀਕ ਸਾਹਿਬ ਜੀ ਉਸਤਾਦ ਜੀ ਦੇ, ਉਹਨਾਂ ਦੀ ਹੋਰ ਗਾਇਕੀ, ਦਰਦਾਰ ਸੰਧੂ ਜੀ ਦੀ, ਅਤੇ ਉਸਤਾਦ ਚਮਕੀਲਾ ਸਾਹਿਬ ਜੀ ਦੀ ਹੋਰ ਗਾਇਕੀ ਸੀ, ਅਤੇ ਸਾਡੇ ਵੇਲੇ ਦੀ ਥੋੜ੍ਹਾ ਹੋਰ ਗਾਇਕੀ ਹੋ ਗਈ, ਚੇਂਜ ਹੋ ਗਿਆ, ਅਤੇ ਹੁਣ ਦੀ ਹੋਰ ਗਾਇਕੀ ਹੈ ਜੀ। ਇਹ ਜਿਵੇਂ ਧੁੱਪ ਛਾਂ ਬਦਲਦੀ ਹੈਗੀ, ਇੱਦਾਂ ਬਦਲੀ ਜਾਂਦਾ ਸਾਰਾ ਕੁਛ। ਅਤੇ ਚਲੋ, ਜਿਵੇਂ ਸਮੇਂ ਸਮੇਂ 'ਤੇ ਕੰਮ ਚੱਲੀ ਜਾਂਦਾ ਜੋ ਵੀ ਗਾਇਕਾਂ ਦਾ, ਤਾਂ ਵਧੀਆ ਹੀ ਆ, ਹੈ ਨਾ ਜੀ। ਜੇ ਆਪਾਂ ਕਹੀਏ ਸਾਡੇ ਵਾਲੀ ਗਾਇਕੀ ਮੁੜ ਕੇ ਆ ਜੇ, ਨਹੀਂ ਜੀ, ਸਾਡੇ ਵਾਲੀ ਵੀ ਗਾਇਕੀ ਸੁਣੀ ਜਾਂਦੇ ਆ ਸਰੋਤੇ, ਅਤੇ ਅੱਜ ਕੱਲ੍ਹ ਵਾਲੀ ਗਾਇਕੀ ਸੁਣੀ ਜਾਂਦੇ ਆ, ਕੋਈ ਉਹ
ਚੱਲ ਸਾਡੇ ਵਾਲੀ ਗਾਇਕੀ ਨੂੰ ਵੀ ਵਧੀਆ ਕਹਿ ਰਹੇ ਆ, ਅੱਜ ਵਾਲੀ ਨੂੰ ਵੀ ਵਧੀਆ ਕਹਿ ਰਹੇ। ਹਾਂਜੀ ਹਾਂਜੀ। ਪਰ ਹੁਣ ਜਿਹੜਾ ਆ ਗਾਇਕੀ ਤੋਂ ਤੁਹਾਡਾ ਨਾਤਾ ਟੁੱਟਿਆ ਹੋਇਆ ਜਾਂ ਹਜੇ ਵੀ ਪ੍ਰੋਗਰਾਮ ਵਗੈਰਾ ਲੱਗਦਾ? ਗਾਇਕੀ ਤੋਂ ਮੇਰਾ ਨਾਤਾ ਮੈਂ ਤੋੜ ਲਿਆ ਸੀ ਜੀ। ਜੀ। ਮੈਨੂੰ ਨਹੀਂ ਪਸੰਦ ਸੀ ਗਾਇਕੀ। ਮੈਂ ਆਪਣੇ ਬੱਚਿਆਂ ਨੂੰ ਨਾ ਸ਼ੁਰੂ ਤੋਂ ਕਹਿੰਦੀ ਸੀ ਵੀ ਗਾਇਕੀ ਲੈਣ ਨਹੀਂ ਚੁਣਨੀ, ਪਰ ਇਹ ਨਿੱਕੇ ਨਿੱਕੇ ਸੀ, ਪਤਾ ਨਹੀਂ ਗਾਇਕੀ ਲੈਣ ਕਿਵੇਂ ਚੁਣ ਲਈ। ਜੀ। ਇਹ ਸਾਰੇ ਗਾਉਂਦੇ ਮੇਰੇ ਬੱਚੇ। ਜੀ ਜੀ। ਅਤੇ ਜਦੋਂ ਸਾਨੂੰ ਪਤਾ ਲੱਗਿਆ ਬੱਚਿਆਂ ਦੇ ਗਲੇ ਦੇਖ ਕੇ ਵੀ ਇਹ ਤਾਂ ਗਰਾਰੀਆਂ ਮਾਰਦੇ ਛੋਟੇ ਛੋਟੇ, ਸਾਨੂੰ ਤਾਂ ਗਰਾਰੀਆਂ ਆਉਂਦੀਆਂ ਨਹੀਂ, ਅਸੀਂ ਸਿੱਖੇ ਨਹੀਂ, ਕਿਉਂ ਜੇ ਸਾਡਾ ਨਾ ਹੀ ਇੱਕਦਮ ਅੱਪ ਹੋ ਗਿਆ, ਸਿੱਖਣ ਦਾ ਟਾਈਮ ਹੀ ਨਹੀਂ ਮਿਲਿਆ। ਫਿਰ ਬੱਚਿਆਂ ਦਾ ਅਸੀਂ ਸਾਥ ਦੇਣ ਲੱਗ ਗਏ ਵੱਡੇ ਹੋਇਆਂ ਦਾ, ਅਤੇ ਅਸੀਂ ਇਹਨਾਂ ਨੂੰ ਸਾ ਇਹਨਾਂ ਦੇ ਮਿਊਜ਼ਿਕ ਦਾ ਵੀ ਕਰਵਾਇਆ ਸਕੂਲ ਦੇ ਵਿੱਚ ਬੱਚਿਆਂ ਦਾ, ਅਤੇ ਹੁਣ ਤੱਕ ਵੀ ਸਾਥ ਦੇ ਰਹੀ ਹਾਂ ਮੈਂ। ਅਤੇ ਚਲੋ ਬੱਚੇ ਮੇਰੇ ਐੱਮ ਏ ਮਿਊਜ਼ਿਕ ਮੇਰੇ ਵੱਡੇ ਬੇਟੇ ਨੇ ਕੀਤੀ ਆ, ਮੇਰੀ ਬੇਟੀ ਨੇ ਕੀਤੀ ਆ, ਪਰ ਹਾਲੇ ਤੱਕ ਉਹਨਾਂ ਨੂੰ ਕਿਸੇ ਕੰਮ ਤਾਂ ਨਹੀਂ ਮਿਲਿਆ ਹੈਗਾ। ਆਉਣ ਵਾਲੇ ਟਾਈਮ ਦੇ ਫਿਰ ਗਾਇਕੀ ਦੇ ਵਿੱਚ ਫਿਰ ਤੁਹਾਡੀ ਫੈਮਿਲੀ ਦੇ ਵਿੱਚੋਂ ਕੋਈ ਆ ਰਿਹਾ? ਕੋਸ਼ਿਸ਼ ਕਰ ਰਹੇ ਹੋ? ਕੋਸ਼ਿਸ਼ ਕਰੋਗੇ? ਨਹੀਂ, ਹਾਂ ਸਾਰੇ ਚਾਹੁੰਦੇ ਹੈਗੇ ਬੱਚੇ ਤਾਂ, ਪਰ ਸਪੋਰਟ ਨਹੀਂ ਸਾਡੇ ਕੋਲ ਹੈਗੀ। ਹੁਣ ਜੇ ਕੋਈ ਐਡਾ ਵੱਡਾ ਨਾਮ ਹੈ ਜੀ, ਸਪੋਰਟ ਤਾਂ ਨਹੀਂ ਜੀ, ਨਾ ਤਾਂ ਹੈਗਾ ਜ਼ਰੂਰ, ਪਰ ਸਪੋਰਟ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪੈਸੇ ਨਾਲ ਹੀ ਗੱਲ ਹੁੰਦੀ ਹੈ, ਹੁਣ ਪੈਸੇ ਤੋਂ ਬਿਨਾਂ ਤਾਂ। ਹੁਣ ਜੇ ਆਪਾਂ ਇੱਥੋਂ ਆਪਾਂ ਇੰਟਰਵਿਊ ਦੇਣ ਜਾਣ ਬੱਚੇ ਕੋਈ ਚੈਨਲ 'ਤੇ, ਠੀਕ ਆ, ਉਹ ਵੀ ਪੈਸੇ ਚਾਹੀਦੇ ਆ, ਕਿਰਾਏ ਤਾਂ ਚਾਹੀਦੇ ਹੈ ਨਾ ਬੱਚੇ ਨੂੰ, ਕਿਰਾਇਆ ਚਾਹੀਦਾ, ਉੱਥੋਂ ਦਾ ਰੋਟੀ ਪਾਣੀ ਦਾ ਖਰਚਾ ਵੀ ਚਾਹੀਦਾ। ਫਿਰ ਇੰਨਾ ਆਪਣੇ ਕੋਲ ਹੈ ਹੀ ਨਹੀਂ ਗਾ, ਹੁਣ ਮੈਂ ਅੱਗੇ ਨਹੀਂ ਵਧਾ ਸਕੀ ਬੱਚੇ। ਆਰਥਿਕ ਗੁਜ਼ਾਰਾ ਹੁਣ ਕਿਵੇਂ ਚੱਲਦਾ ਆ? ਗੁਜ਼ਾਰਾ ਬਸ ਰਲ ਮਿਲ ਕੇ ਸੀ ਬੱਚੇ, ਕੁਛ ਟਿਫਿਨ ਲੱਗੇ ਹੋਏ ਸਾਡੇ ਥੋੜ੍ਹੇ ਬਹੁਤ, ਉਹ ਤਾਂ ਅਸੀਂ ਖਰਚਾ ਪਾਣੀ ਆਪਦਾ ਘਰ ਦਾ ਚਲਾ ਰਹੇ ਹਾਂਗੇ, ਹੋਰ ਸਾਨੂੰ ਕੋਈ ਕਿਸੇ ਦੀ ਸਹਾਇਤਾ ਨਹੀਂ ਹੈਗੀ ਇਸ ਟਾਈਮ। ਇੰਨਾ ਨਾਮ ਰਿਹਾ, ਇੰਨੇ ਇੰਨਾ ਟਾਈਮ ਗਾਇਆ ਤੁਸੀਂ, 12-13 ਸਾਲ ਬੜਾ ਤੁੰਨ ਕੇ ਬੜਾ ਗਾਇਆ ਹੈ ਨਾ, ਮਾਲੀ ਮਦਦ ਕਿਸੇ ਨੇ ਹੁਣ ਤੱਕ ਕੀਤੀ ਹੋਵੇ, ਹੁਣ ਤੱਕ ਕੋਈ ਬਾਂਹ ਫੜਨ ਆਇਆ ਹੋਵੇ? ਕਿਉਂਕਿ ਜਦੋਂ ਨਾਮ ਆਪਣਾ ਹੁੰਦਾ ਆ ਅਮਰਜੋਤ ਜੀ, ਉਹ ਤਾਂ ਬੜੇ ਆਉਂਦੇ ਆ ਹੈ ਨਾ, ਪਰ ਜਦੋਂ ਆਪਾਂ ਉਸ ਦੌੜ ਦੇ ਵਿੱਚ, ਮੰਦਹਾਲੀ ਦੇ ਦੌੜ ਦੇ ਵਿੱਚ ਆ ਜਾਂਦੇ ਹਾਂ, ਤਾਂ ਫਿਰ ਕੋਈ ਟਾਮਾ ਟੱਲਾ ਹੀ ਹੁੰਦਾ ਜਿਹੜਾ ਬਾਂਹ ਫੜਦਾ ਆ, ਕੋਈ ਇੱਦਾਂ ਦਾ ਇਨਸਾਨ। ਅੱਜ ਹੀ ਗੁਰਦੀਪ ਘੁੱਦਾ ਜੀ ਸਾਡੇ ਡਾਕਟਰ ਜੀ, ਜੀ ਜੀ, ਸਹਾਇਤਾ ਕਰਕੇ ਗਏ ਨੇ ਸਾਡੀ, ਅਤੇ ਪੂਰੀ ਟੀਮ ਆਈ ਸੀ ਆਪਣੇ ਘਰ ਜੀ, ਬਹੁਤ ਹੀ ਧੰਨਵਾਦ ਕਰਦੇ ਉਹਨਾਂ ਦਾ ਮੈਂ। ਅਤੇ ਹੋਰ ਕੋਈ ਤੁਹਾਡੇ ਨਾਲ ਸਾਥੀ ਕਲਾਕਾਰ ਬੜੇ, ਬੜੀਆਂ ਜੋੜੀਆਂ ਵੀ ਡਿਊਟ ਵੀ ਰਹੇ ਆ ਹੈ ਨਾ, ਤਾਂ ਕਿਸੇ ਕਲਾਕਾਰ ਨੇ, ਕਿਸੇ ਗੀਤਕਾਰ ਨੇ ਜਾਂ ਕਿਸੇ ਕੰਪਨੀ ਵਾਲਿਆਂ ਨੇ ਨਹੀਂ? ਨਹੀਂ, ਹਾਲੇ ਤੱਕ ਤਾਂ ਨਹੀਂ ਪੁੱਛਿਆ ਸਾਨੂੰ। ਫਿਰ ਇਹ ਗੱਲ ਹੋਈ ਆ ਜੀ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ? ਕੁਛ ਨਹੀਂ ਕਹਿ ਸਕਦੀ ਮੈਂ ਤਾਂ ਜੀ ਕਿਸੇ ਨੂੰ ਵੀ, ਜੇ ਉਹਨਾਂ ਦੇ ਮਨ ਦੇ ਵਿੱਚ ਹੋਊਗੀ ਤਾਂ ਹੁਣ ਵੀ ਸਾਨੂੰ ਕੁਛ ਕਰ ਜਾਣਗੇ, ਜਿਵੇਂ ਬਾਕੀ ਤਾਂ ਅਗਲੇ ਦੀ ਮਰਜ਼ੀ ਹੈ ਜੀ, ਜੋ ਦਿਲ 'ਚ ਅਗਲੇ ਦੇ ਹੈ ਨਾ, ਮੈਂ ਕੁਛ ਨਹੀਂ ਕਹਿ ਸਕਦੀ ਇਹ ਗੱਲ। ਜਦੋਂ ਮੇਲਿਆਂ 'ਤੇ ਜਾਂਦੇ ਹੁੰਦੇ ਸੀ ਤਾਂ ਦਰਸ਼ਕਾਂ ਵੱਲੋਂ ਕਿੰਨਾ ਕੁ ਪਿਆਰ ਮਿਲਦਾ ਸੀ? ਫਿਰ ਤੋਂ ਵਾਧੂ ਪਿਆਰ ਮਿਲਦਾ ਜਦੋਂ, ਜਿਵੇਂ ਮਾਂ ਦਾ ਪਿਆਰ ਮਿਲਦਾ ਜੀ ਜੀ, ਐਂ ਪਿਆਰ ਮਿਲਦਾ ਸੀ ਜੀ। ਹਾਂਜੀ ਹਾਂਜੀ। ਸਭ ਤੋਂ ਵੱਧ ਡਿਮਾਂਡ ਕਿਹੜੇ ਗੀਤ ਦੀ ਹੁੰਦੀ ਸੀ? ਨਹੀਂ, ਗੀਤ ਦੀ ਇੱਕ ਦੀ ਨਹੀਂ ਜੀ, ਬਹੁਤ ਗੀਤਾਂ ਦੀ ਅੱਡੋ ਅੱਡ ਡਿਮਾਂਡ ਹੁੰਦੀ ਸੀ ਜੀ ਜੀ। ਕੋਈ ਇੱਦਾਂ ਦਾ ਗੀਤ ਜਿਹੜਾ ਬੜਾ ਦਿਲ ਦੇ ਕਰੀਬ ਹੋਵੇ ਜਾਂ ਬੜਾ ਵਧੀਆ ਲੱਗਦਾ ਹੋਵੇ ਖੁਦ ਨੂੰ? ਨਹੀਂ, ਗੀਤ ਤਾਂ ਕਹਿੰਦੇ ਮਾਂ ਨੂੰ ਪੁੱਤ ਤਾਂ ਸਾਰੇ ਪਿਆਰੇ ਹੁੰਦੇ ਆ। ਬਿਲਕੁਲ ਜੀ ਬਿਲਕੁਲ।
ਅਤੇ ਗੀਤ ਸਾਡਾ ਮਸ਼ਹੂਰ ਸਾਰੇ ਹੋਏ ਹੋਏ ਨੇ। ਚਲ ਜਿਹੜੇ ਤੁਸੀਂ ਕਹੋਗੇ ਤਾਂ ਮੈਂ ਸੁਣਾ ਦਿੰਦੀ ਹੈਗੀ ਜੀ। ਪਹਿਲਾਂ ਸਾਂਝ ਪਿਆਰਾਂ ਦੀ ਕਾਫੀ ਫੇਮ ਹੋਇਆ ਸੀ। ਹਾਂਜੀ ਉਹ ਗੀਤ ਉਹਦੀਆਂ ਦੋ ਲਾਈਨਾਂ। ਹਾਂਜੀ ਉਹ ਗੀਤ ਕੋਮਲ ਸਨਾਨੀ ਜੀ ਜੀ ਦਾ ਗਾਣਾ ਗਾ, ਕੌਣ ਗਰੀਬਾਂ ਦੇ ਨਾਲ ਰੱਖਦਾ ਸਾਂਝ ਪੈਰਾਂ ਦੇ। ਝਿੜਕਾ ਨਾ ਤੂੰ ਮਾਰ ਸੋਹਣਿਆ, ਤੁਰ ਜਾਂਦੀਆਂ ਬਾਰ ਸੋਹਣਿਆ, ਝਿੜਕਾ ਨਾ ਤੂੰ ਮਾਰ ਸੋਹਣਿਆ, ਤੁਰ ਜਾਂਦੀਆਂ ਬਾਰ ਸੋਹਣਿਆ, ਵੱਡਿਆਂ ਦੀ ਤਾਂ ਯਾਰੀ ਹੁੰਦੀ ਕੱਚੀਆਂ ਤਾਰਾਂ ਦੀ, ਕੌਣ ਗਰੀਬਾਂ ਦੇ ਨਾਲ ਰੱਖਦੇ ਸਾਂਝ ਪਿਆਰਾਂ ਦੀ, ਕੌਣ ਗਰੀਬਾਂ ਦੇ ਨਾਲ ਰੱਖਦੇ ਸਾਂਝ ਪਿਆਰਾਂ ਦੀ। ਜਿਹੜੇ ਗੀਤ ਤੁਸੀਂ ਕੀਤੇ ਆ ਜੀ, ਉਹ ਲਿਖੇ ਕਿਹਨਾਂ ਦੇ ਹੁੰਦੇ ਸੀ, ਕਿਹੜੇ ਕਿਹੜੇ ਗੀਤਕਾਰਾਂ ਨੂੰ ਜ਼ਿਆਦਾਤਰ ਤੁਸੀਂ ਗਾਇਆ? ਕੋਮਲ ਸੁਨਾਮੀ ਦਾ ਗੀਤ ਆ ਜੀ, ਇਹ ਤਾਂ ਸਾਂਝ ਪਿਆਰਾਂ ਦੀ, ਅਤੇ ਗਿੱਲ ਮਹਿਤੇ ਵਾਲਾ ਜੀ ਉਹਦੇ ਵੀ ਗਾਇਆ ਗੀਤ, ਬਹੁਤ ਫੇਮਸ ਹੋਏ ਆ, ਅਤੇ ਸਿਮਰਜੀਤ ਸਿੱਧੂ ਰੈਕੇ ਵਾਲੇ ਜੀ ਜੀ, ਅਤੇ ਮੰਗਤ ਖਿਆਲੀ ਵਾਲਾ ਜੀ ਜੀ, ਸਵਰਗਵਾਸ ਨੇ ਵਿਚਾਰੇ, ਰੱਬ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ, ਅਤੇ ਰੁਗੂਆਣਾ ਬਰਾੜ ਜੀ ਜੀ ਉਹਦੇ ਵੀ ਗੀਤ ਗਾਇਆ ਸੀ, ਇੱਕ ਜਗਦੇਵ ਭੁੰਦੜ ਜੀ ਜੀ, ਸੁਣਿਆ ਫਕਾਰਾ ਨੀਲੇ ਫੋੜ ਦਾ ਦਾਲ ਵਿੱਚ ਨੀ ਨੂਣ ਭੁੱਲ ਗਈ ਜੀ, ਉਹਨਾਂ ਦੇ ਵੀ ਗਾਇਆ, ਅਤੇ ਭੰਗੂ ਫਲੇੜੇ ਵਾਲੇ ਦੇ ਬਹੁਤ ਗੀਤ ਗਾਇਆ ਸੀ। ਬਾਈ ਜੀ ਦਾ ਪਿਛਲੇ ਇੰਟਰਵਿਊ ਦੇ ਵਿੱਚ ਮੈਂ ਨਾ, ਚਲੋ ਟੈਂਸ਼ਨਾਂ ਹੁੰਦੀਆਂ ਸੋ ਹੈ ਨਾ ਜੀ, ਨਹੀਂ ਵੀ ਨਾ ਲੈ ਸਕੇ, ਰਮੇਸ਼ ਬਰੇਟਾ ਜੀ ਅਤੇ ਹੋਰ ਕਾਫੀ ਕਲਾਕਾਰ ਗੀਤਕਾਰ ਨੇ ਜਿਨ੍ਹਾਂ ਦੇ ਮੈਂ ਅਸੀਂ ਗੀਤ ਗਾਏ ਗਏ, ਅਤੇ ਮੈਂ ਮਾਫੀ ਚਾਹੁੰਦੀ ਹਾਂ ਗੀਤਕਾਰਾਂ ਤੋਂ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਦੀ ਦੀਦੀ। ਅਤੇ ਗੀਤਕਾਰਾਂ ਦੀ ਗੱਲ ਹੁੰਦੀ ਆ, ਇੱਕ ਗੱਲ ਮੈਨੂੰ ਜ਼ਰੂਰ ਦੱਸਿਓ ਜੀ, ਤੁਹਾਡੇ ਟਾਈਮ ਦੇ ਗੀਤਾਂ ਦੀ ਉਮਰ ਅਤੇ ਅੱਜ ਕੱਲ੍ਹ ਦੇ ਗੀਤਾਂ ਦੀ ਉਮਰ, ਇਹਦੇ ਵਿੱਚ ਫਰਕ ਬੜਾ ਹੈ, ਕਿਉਂਕਿ ਜੇ ਅੱਜ ਵੀ ਇਹ ਤੁਹਾਡਾ ਗੀਤ ਸੁਣਦੇ ਆ ਨਵਾਂ ਨਵਾਂ ਜਿਹਾ ਲੱਗਦਾ, ਅੱਜ ਕੱਲ੍ਹ ਦੇ ਗੀਤ ਥੋੜ੍ਹੇ ਕੁ ਦਿਨ ਚੱਲ ਕੇ ਕਪੁੱਸ ਹੋ ਜਾਂਦੇ ਆ, ਕੀ ਅੰਤਰ ਕੀ ਮੰਨਦੇ ਹੋ ਗੀਤਾਂ ਦੇ ਵਿੱਚ, ਉਮਰ ਦਾ ਅੰਤਰ? ਜਦੋਂ ਹੁਣ ਪਹਿਲਾਂ ਬਜ਼ੁਰਗ ਸੀਗੇ ਜੀ, ਸੌ ਸੌ ਸਾਲ ਜਿਉਂਦੇ ਹੁੰਦੇ ਸੀ ਜੀ ਜੀ ਬਿਲਕੁਲ, ਹੈ ਨਾ ਜੀ ਜੀ, ਅਤੇ ਉਹ ਵੀ ਸਮਝ ਲਓ ਗੀਤ ਨੇ ਜਿਹੜੇ ਵੀ ਵੱਧ ਉਮਰ ਦੇ, ਅਤੇ ਅੱਜ ਕੱਲ੍ਹ ਦੇ ਜੀ ਜੀ ਲੋਕ ਆਪਾਂ ਹੀ ਹਾਂ ਜੀ ਜੀ, ਅਤੇ ਵੀ ਮਤਲਬ ਪੀੜ੍ਹੀ ਦਰ ਪੀੜ੍ਹੀ ਚੇਂਜ ਪੀੜ੍ਹੀ, ਹਾਂ ਚੇਂਜ ਹੋਈ ਜਾਂਦੀ ਹੈ, ਹੁਣ ਇਹ 'ਚ ਆਪਾਂ ਕੀ ਕਰ ਸਕਦੇ, ਕੀ ਕਹਿ ਸਕਦੇ, ਕੁਛ ਨਹੀਂ ਕਰ ਸਕਦੀ। ਤੁਹਾਨੂੰ ਪਿਆਰ ਕਰਨ ਵਾਲੇ ਸਰੋਤੇ ਜਿਹੜੇ ਨੇ ਸਾਡੇ ਮਾਧਿਅਮ ਦੇ ਜ਼ਰੀਏ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਉਹਨਾਂ ਮੂਹਰੇ ਗੁਜ਼ਾਰਿਸ਼ ਕੀ ਕਰਨਾ ਚਾਹੋਗੇ? ਮੈਂ ਤਾਂ ਇਹ ਚਾਹੁੰਦੀ ਆਪਣੇ ਸਰੋਤਿਆਂ ਨੂੰ ਵੀ ਸਾਨੂੰ ਬਹੁਤ ਹੀ ਪਿਆਰ ਦਿੱਤਾ ਤੁਸੀਂ, ਜਿੰਨੀਆਂ ਵੀ ਕੈਸਟਾਂ ਆਈਆਂ ਗੀਤ ਆਏ ਸਾਡੇ, ਬਹੁਤ ਹੀ ਪਿਆਰ ਕੀਤਾ, ਹੁੰਗਾਰਾ ਦਿੱਤਾ ਚੰਗਾ, ਅਤੇ ਮੈਂ ਤਾਂ ਚਾਹੁੰਦੀ ਹਾਂ ਹੁਣ ਇੱਕ ਨਾ ਜਿਵੇਂ ਕਿ ਠੂਠੇ ਦੇ ਵਿੱਚ ਇੱਕ ਮੱਖੀ ਡਿੱਗੀ ਹੁੰਦੀ ਹੈ ਜੀ, ਉਹਨੂੰ ਦਰਿਆ ਲੱਗਦਾ ਜੀ ਜੀ, ਉਹ ਗੱਲ ਮੇਰੀ ਹੋਈ ਪਈ ਆ ਜ਼ਿੰਦਗੀ ਦੀ ਜੀ ਜੀ, ਮੈਂ ਤਾਂ ਚਾਹੁੰਦੀ ਹਾਂ ਮੇਰੇ ਬੱਚੇ ਸੈੱਟ ਹੋ ਜਾਣ, ਫਿਰ ਮੈਨੂੰ ਖੁਸ਼ੀ ਹੈਗੀ, ਅੱਜ ਅਸੀਂ ਡੁੱਬੇ ਬੈਠੇ ਹਾਂ ਬਸ ਜੀ। ਮੈਂ ਸਰੋਤਿਆਂ ਨੂੰ ਬੇਨਤੀ ਕਰਦੀ ਹਾਂ, ਜੇ ਤੁਸੀਂ ਚਾਹੋ ਤਾਂ ਸਭ ਕੁਛ ਹੋ ਸਕਦਾ।
ਮੇਰੇ ਬੱਚਿਆਂ ਨੂੰ ਸੈੱਟ ਹੋ ਜਾਣ ਮੇਰੇ ਬੱਚੇ, ਅਤੇ ਮੈਨੂੰ ਸ਼ਾਂਤੀ ਆ ਜਾਊ ਮੇਰੀ ਰੂਹ ਨੂੰ ਜੀ। ਜੀ ਸੋ ਮੈਂ ਚਾਹੂੰਗਾ ਹੁਣ ਜਾਂਦੇ ਜਾਂਦੇ ਆਪਣੀ ਮਿੱਠੀ ਆਵਾਜ਼ ਦੇ ਵਿੱਚ ਗੀਤ ਕੋਈ ਵੀ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝਾ ਕਰਿਓ, ਜੋ ਵੀ ਤੁਹਾਨੂੰ ਪਿਆਰਾ ਲੱਗਦਾ ਹੋਵੇ। ਹਾਂਜੀ, ਕਿਹੜਾ ਸੁਣਾਈਏ? ਮੇਰੀ ਇੱਕ ਫਰਮਾਇਸ਼ ਹੈ ਕਿ ਆਪਾਂ ਚਮਕੀਲਾ ਸਾਹਿਬ ਦੇ ਗੀਤ ਜ਼ਰੂਰ ਸੁਣਾਈਏ। ਹਾਂ, ਚਮਕੀਲਾ ਪਾਉਣਾ ਬਹੁਤ ਔਖਾ ਜੀ ਗਾਉਣਾ ਜੀ, ਨਹੀਂ ਉਹ ਨਹੀਂ ਗਾ ਸਕਦੀ ਮੈਂ। ਚਲੋ ਫਿਰ ਵੀ ਦਰਸ਼ਕਾਂ ਦੇ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਚਲੋ ਕਿਹੜਾ ਸੁਣਾਵਾਂ? ਕੰਨ ਕਰ ਗੱਲ ਤੁਹਾਨੂੰ ਮੱਖਣ, ਬੜਾ ਔਖਾ ਗਾਣਾ। ਚਲੋ ਜਿਹੋ ਜਿਹਾ ਗਾਇਆ ਗਿਆ ਮਨਜ਼ੂਰ ਕਰੋ। ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ। ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ। ਤਾਰਿਆਂ ਦੀ ਲੋਏ ਬੱਤ ਪਾਈਏ ਆਪਾਂ ਦੋਏ, ਤੈਨੂੰ ਇੱਕ ਦੇ ਤਬੀਤ ਵਾਂਗੂ ਰੱਖਣਾ। ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ। ਵਾਹ ਜੀ ਵਾਹ, ਕਿਆ ਬਾਤ ਹੈ! ਬਹੁਤ ਬਹੁਤ ਧੰਨਵਾਦੀਆਂ ਅਸੀਂ ਤੁਹਾਡੇ ਕਿ ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਜਿਹੜਾ ਸਮਾਂ ਦਿੱਤਾ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਧੰਨਵਾਦ ਸਰ, ਸਾਰਿਆਂ ਦਾ। ਸੋ ਦੋਸਤੋ, ਅਸੀਂ ਬੀਬਾ ਮਨਜੋਤ ਕੌਰ ਜੀ, ਇਹਨਾਂ ਦੇ ਅੱਜ ਦੇ ਆਰਥਿਕ ਹਾਲਾਤਾਂ ਵੱਲ ਦੇਖ ਕੇ ਇੱਕ ਗੱਲ ਜਿਹੜੀ ਆ ਕਹਿਣੀ ਇੱਥੇ ਲਾਜ਼ਮੀ ਬਣਦੀ ਆ ਕਿ ਜੇ ਆਪਾਂ ਕਲਾਕਾਰਾਂ ਦਾ ਸਾਥ ਅਰਸ਼ਾਂ 'ਤੇ ਦਿੰਦੇ ਹਾਂ ਤਾਂ ਫਰਸ਼ਾਂ 'ਤੇ ਵੀ ਉਹਨਾਂ ਦਾ ਸਾਥ ਦੇਣਾ ਲਾਜ਼ਮੀ ਆ। ਬਾਕੀ ਜਿਹੜਾ ਫੈਸਲਾ ਹੈ ਅਸੀਂ ਸਰੋਤਿਆਂ 'ਤੇ ਛੱਡਦੇ ਹਾਂ। ਉਮੀਦ ਕਰਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਣਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਧੰਨਵਾਦ ਜੀ।